ਤੁਸੀਂ ਦੇਖੋਗੇ ਇੱਕ ਅਲਕੋਹਲਿਕ ਨੇ ਅਤੇ ਇੱਕ ਨੋਨ ਅਲਕੋਹਲਿਕ, ਮਤਲਬ ਅਲਕੋਹਲਿਕ ਉਹ ਵੀ ਹੈ 80%, ਹੀ ਇਜ਼ ਨੋਟ ਅਲਕੋਹਲਿਕ, ਹੀ ਇਜ਼ ਟੇਕਿੰਗ ਅਲਕੋਹਲ ਬਟ ਹੀ ਇਜ਼ ਨੋਟ ਅਲਕੋਹਲਿਕ, ਜਿਹੜਾ ਹੀ ਇਜ਼ ਟੇਕਿੰਗ ਅਲਕੋਹਲ ਬਟ ਨੋਟ ਅਲਕੋਹਲਿਕ ਨਾ, ਉਹ ਆਰਾਮ ਨਾਲ ਦੋ ਪੈਗ ਲਾ ਕੇ ਹੀ ਵਿਲ ਬੀ ਮੋਰ ਐਫੀਸ਼ੈਂਟ, ਮੋਰ ਹੰਬਲ, ਮੋਰ ਰਿਲੈਕਸਡ, ਮੋਰ ਕੌਨਫੀਡੈਂਟ, ਆਫਟਰ ਟੂ ਪੈਗਸ ਨਾ ਹੀ ਵਿਲ ਬੀ ਇੰਟੋਕਸੀਕੇਟਡ, ਉਹਦੀਆਂ ਆਈਜ਼ ਫਿਕਸ ਹੋ ਜਾਣਗੀਆਂ, ਉਹਦੀ ਟੋਕਸਿਕ ਲੁੱਕ ਆ ਜਾਏਗੀ, ਉਹਦੇ ਆਈਜ਼ ਹੈਂਡਸ ਦੇ ਵਿੱਚ ਫਰਕ ਪੈ ਜਾਏਗਾ, ਉਹਦੀਆਂ ਜਿਹੜਾ ਹੈਗਾ ਫਲੱਸ਼ਿੰਗ ਫੇਸ ਹੋ ਜਾਏਗਾ, ਐਂਡ ਉਹ ਉਹਨੂੰ ਸਟੈਗਰਿੰਗ ਗੇਟ ਹੋ ਜਾਏਗੀ, ਉਹਨੂੰ ਖੜ੍ਹੇ ਹੋਣ 'ਚ ਮੁਸ਼ਕਲ ਆਏਗੀ, ਐਂਡ ਉਹ ਲੱਗੇਗਾ ਕਿ ਉਹਨੂੰ ਕਿਸੇ ਤਰ੍ਹਾਂ ਦੀ ਨਾ ਕੋਈ ਕਾਲੀ ਜੀ ਪੈ ਰਹੀ ਹੈ, ਐਂਡ ਹੀ ਵਿਲ ਬੀ ਲੁਕਿੰਗ ਫੋਰ ਅ ਥਰਡ ਵਨ, ਐਂਡ ਦੈਨ ਹੀ ਵਿਲ ਬੀ ਲੁਕਿੰਗ ਫੋਰ ਅ ਫੋਰਥ ਵਨ। ਇਟਸ ਵੈਰੀ ਕਾਮਨ, ਤੁਸੀਂ ਦੇਖਿਆ, ਰੋਜ਼ ਦੇਖਿਆ। ਹੁਣ ਸਾਡਾ ਪੇਸ਼ੈਂਟ ਜਿਹੜਾ ਨਾ ਇੱਕ ਵਾਰੀ ਟੇਬਲ 'ਤੇ ਬਹਿ ਗਿਆ ਨਾ, ਇਹ ਉੱਠ ਨਹੀਂ ਸਕਦਾ, ਉਹਦੇ ਨਾਲ ਦੇ ਜਿਹੜੇ ਬੈਠਣਗੇ ਚਾਰ ਬੰਦੇ ਉਹ ਉੱਠ ਕੇ ਚਲੇ ਜਾਣਗੇ, ਆਪਣਾ ਆਪਣਾ ਟਾਈਮ 'ਤੇ ਉੱਠ ਕੇ ਚਲੇ ਜਾਣਗੇ, ਬਟ ਸਾਡਾ ਪੇਸ਼ੈਂਟ ਉੱਥੋਂ ਉੱਠ ਨਹੀਂ ਸਕੇਗਾ, ਇਹ ਉਹਦੀ ਨਿਸ਼ਾਨੀ ਹੈ। ਫਿਰ ਸਾਡਾ ਪੇਸ਼ੈਂਟ ਅਨਕਾਈਂਡ ਹੋ ਹੀ ਜਾਏਗਾ, ਜਾਂ ਹੀ ਵਿਲ ਸਟਾਰਟ ਹੈਵਿੰਗ ਇਮੋਸ਼ਨ, ਜਾਂ ਰੋਣਾ ਸ਼ੁਰੂ ਕਰ ਦੇਗਾ, ਜਾਂ ਬਹੁਤ ਜ਼ਿਆਦਾ ਲਾਊਡ ਟਾਕ ਸ਼ੁਰੂ ਹੋ ਜਾਏਗੀ ਉਹਦੀ। ਜੇ ਦੇਖਿਆ ਹੋਣਾ ਕਲੱਬਾਂ ਦੇ ਵਿੱਚ ਜਾਂਦੇ ਹਾਂ, ਬੜੀ ਲਾਊਡ ਟਾਕ ਸ਼ੁਰੂ ਹੋ ਜਾਂਦੀ ਹੈ, ਬਾਥਰੂਮ ਦੇ ਵਿੱਚ ਜਾ ਕੇ ਲਾਊਡ ਟਾਕ ਕਰਨੀ, ਅਗਰੈਸਿਵ ਹੋ ਜਾਣਾ, ਵੇਟਰ ਦੇ ਨਾਲ ਪੰਗਾ ਲੈਣਾ, ਖਾਣਾ ਨਹੀਂ ਠੀਕ, ਆਹ ਨਹੀਂ ਠੀਕ, ਕ੍ਰਿਟੀਕਲ ਹੋ ਜਾਣਾ, ਜਿੰਨੀਆਂ ਸਾਡੀਆਂ ਕਰੈਕਟਡ ਇਫੈਕਟਸ ਹੁੰਦੇ ਨੇ ਉਹ ਸਾਰੇ ਬਾਹਰ ਆ ਜਾਣਗੇ। ਲਾਇੰਗ, ਬੂਸਟਿੰਗ, ਆਪਣੇ ਆਪ ਨੂੰ ਕਰਨਾ ਕਿ ਮੈਂ ਬਹੁਤ ਗ੍ਰੈਂਡ ਹਾਂ, ਦੇਰ ਇਜ਼ ਨੋ ਵਨ ਲਾਈਕ ਮੀ, ਟਰਮੀਨਲ ਯੂਨੀਕਨੈਸ ਕਿ ਮੇਰੇ ਤੋਂ ਉੱਪਰ ਤਾਂ ਇਨਸਾਨ ਹੀ ਕੋਈ ਨਹੀਂ, ਮੈਂ ਰੱਬ ਹੈਗਾ, ਐਂਡ ਉਹਨੂੰ ਆਸ ਪਾਸ ਦੇ ਲੋਕ ਜਿਹੜੇ ਹੈ ਨਾ ਉਹ ਬੜੇ ਘਟੀਆ ਲੱਗਣਗੇ, ਐਂਡ ਸਾਰਿਆਂ ਦੇ ਵਿੱਚ ਨੁਕਸ ਲੱਭੇਗਾ। ਐਂਡ ਬਹੁਤ ਵਾਰੀ ਤਾਂ ਇਹ ਹੋਣਗੇ ਜਿੱਥੇ ਦੋਸਤ ਇਕੱਠੇ ਜਾਣਗੇ ਨਾ ਡਰਿੰਕਸ ਲੈਣ, ਉਹਨਾਂ ਦੀ ਆਪਸ ਦੇ ਵਿੱਚ ਹੀ ਕੌਨਫਲਿਕਟ ਹੋ ਜਾਏਗਾ ਕਿਸੇ ਨਾ ਕਿਸੇ ਰੀਜ਼ਨ 'ਤੇ, ਐਂਡ ਖਾਸ ਕਰਕੇ ਸਾਡੇ ਪੇਸ਼ੈਂਟ ਨਾ ਓਵਰ ਸੈਂਸਿਟਿਵ ਹੋ ਜਾਣਗੇ, ਤੂੰ ਮੈਨੂੰ ਇਹ ਗੱਲ ਕਹੀ ਹੈ, ਇਹ ਤਾਂ ਤੂੰ ਮੈਨੂੰ ਲਾ ਕੇ ਗਈ ਗੱਲ, ਮਤਲਬ ਉਹਨਾਂ ਨੂੰ ਇਹ ਲੱਗੇਗਾ ਕਿ ਜਿਹੜੀ ਗੱਲ ਕਰ ਰਿਹਾ ਨਾ ਟੌਂਟ ਕਰ ਰਿਹਾ। ਫਿਰ ਉਹਨਾਂ ਨੂੰ ਇਹ ਲੱਗੇਗਾ ਕਿ ਜਿਹੜਾ, ਦੇਖੋ ਹੁਣ ਦੂਸਰਾ ਇਨਸਾਨ ਕੀ ਗੱਲ ਕਰੇਗਾ, ਤੇਰਾ ਬਿਜ਼ਨਸ ਕਿਉਂ ਨਹੀਂ ਚੱਲਦਾ ਪਿਆ, ਤੇਰਾ ਬਿਜ਼ਨਸ ਫੇਲ ਕਿਉਂ ਹੋ ਰਿਹਾ, ਤੇਰਾ ਡਿਕਲਾਈਨ ਕਿਉਂ ਹੋ ਗਿਆ, ਤੇਰੇ ਪਾਪਾ ਇੰਨੇ ਤਾਂ ਇੰਨਾ, ਤੇਰੇ ਫਾਦਰ ਨੇ ਇੰਨਾ ਬਣਾਇਆ ਸੀਗਾ, ਤੂੰ ਨਹੀਂ ਮੇਨਟੇਨ ਕਰ ਸਕਿਆ, ਤੂੰ ਚੰਗੀ ਤਰ੍ਹਾਂ ਪੀਆ ਕਰ। ਹੁਣ ਜਿਹੜਾ ਬੰਦਾ ਕਹਿੰਦਾ ਪਿਆ ਨਾ ਚੰਗੀ ਤਰ੍ਹਾਂ ਪੀਆ ਕਰ, ਇਨਫੈਕਟ ਉਹ 80% 'ਚ, ਉਹ ਫਿਰ ਜਿਹੜੇ 20% ਸਾਡੇ ਪੇਸ਼ੈਂਟ ਹੈ ਨਾ ਉਹਨਾਂ ਨੂੰ ਨੀਵਾਂ ਦੇਖਣਾ ਸ਼ੁਰੂ ਕਰ ਦਿੰਦਾ। ਜਿਵੇਂ ਇੱਕ ਬ੍ਰਾਹਮਣ ਹੋਏ ਅਤੇ ਇੱਕ ਸ਼ੂਦਰ ਹੋ ਜਾਏ ਨਾ, ਉਹ ਆਪਣੇ ਆਪ 'ਚ 80% ਵਾਲੇ ਆਪਣੇ ਆਪ ਨੂੰ ਬ੍ਰਾਹਮਣ ਸਮਝਦੇ ਹੈ, ਹਾਲਾਂਕਿ ਉਹਦੇ 'ਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਉਹ ਜੈਨੇਟਿਕਲੀ ਇਹੋ ਜਿਹੇ ਮੇਡ ਅਪ ਹੈਗੇ ਆ ਕਿ ਉਹ ਭਾਵੇਂ ਇੱਕ ਬੋਤਲ ਪੂਰੀ ਪੀ ਜਾਣ, ਉਹਨਾਂ ਦੀ ਡੀਟੋਕਸੀਫਾਈ ਮਿੰਟਾਂ 'ਚ ਹੋ ਜਾਣੀ ਹੈ, ਅਤੇ ਉਹਨਾਂ ਨੂੰ ਕੁਛ ਵੀ ਨਹੀਂ ਹੋਣਾ। ਮੇਰੇ ਆਪਣੇ ਰਿਲੇਟਿਵਸ 'ਚ ਹੋ ਗਏ ਇਹੋ ਜਿਹੇ, ਮੈਂ ਦੇਖ ਕੇ ਹੈਰਾਨ ਹੋ ਜਾਂਦਾ ਵੀ ਕਿੰਨੀ ਕਿੰਨੀ ਕਰੀ ਜਾਂਦੇ ਹਨ, ਸਵੇਰੇ 4-5 ਵਜੇ ਉੱਠ ਕੇ ਆਪਣਾ ਫਰੈਸ਼ ਐਕਸਰਸਾਈਜ਼ ਦਿਸ ਦੈਟ, ਐਂਡ ਸਵੇਰੇ 8-8 ਵਜੇ ਪੂਰਾ ਕਲੀਨਿਕ ਖੋਲ੍ਹ ਕੇ, ਹੋਸਪਿਟਲ ਖੋਲ੍ਹ ਕੇ, ਦੇ ਆਰ ਸੋ ਪ੍ਰੋਸਪਰਸ, ਐਡੀ ਜ਼ਬਰਦਸਤ ਅਮੈਰੀਕਾ ਦੇ ਵਿੱਚ ਕਲੀਨਿਕਾਂ ਚਲਾ ਰਹੇ, ਇੰਨੇ ਫਿੱਟ ਹੈ, ਕੋਈ ਹੱਦ ਹੀ ਨਹੀਂ ਹੈ। ਪਰ ਸਾਡੇ ਪੇਸ਼ੈਂਟਸ ਵਾਸਤੇ ਇਟਸ ਲੋਟ ਆਫ ਡਿਫੀਕਲਟ ਥਿੰਗਸ ਕਿ ਵੀ ਕਾਫੀ ਟਾਈਮ ਲੱਗ ਜਾਂਦਾ ਡਿਫਰੈਂਸ਼ੀਏਟ ਕਰਦਾ ਕਿ ਮੈਂ 20% 'ਚ ਹਾਂ ਕਿ 80% 'ਚ ਹਾਂ, ਬਟ ਅਲਟੀਮੇਟਲੀ ਜਦੋਂ ਤੱਕ ਉਹ 80% ਦਾ ਕਲੈਰਿਟੀ ਆਉਂਦੀ ਹੈ ਨਾ, ਉਦੋਂ ਤੱਕ ਬ੍ਰੇਨ ਡੈਮੇਜ ਵੀ ਬੜਾ ਹੋ ਗਿਆ, ਯਾਦਦਾਸ਼ਤ ਘੱਟ ਜਾਂਦੀ ਹੈ, ਕੋਗਨੇਟਿਵ ਫੈਸਲੇ ਲੈਣ ਦੀ ਜਿਹੜੀ ਐਬਿਲਿਟੀ ਘੱਟ ਜਾਂਦੀ ਹੈ, ਡਿਸੀਜ਼ਨ ਮੇਕਿੰਗ ਘੱਟ ਜਾਂਦੀ ਹੈ, ਐਂਡ ਬੰਦਾ ਸਾਰੀ ਉਮਰ ਪ੍ਰੋਟੈਕਟ ਹੀ ਕਰਦਾ ਰਹਿੰਦਾ ਆਪਣੇ ਆਪ ਨੂੰ,
ਕਿ ਨਹੀਂ ਮੈਂ 20% 'ਚ ਮੈਂ 80% ਮੈਂ 80% 'ਚ ਮੈਂ 20% 'ਚ ਨਹੀਂ ਫਾਲ ਕਰਦਾ, ਉਹ ਡਿਪੈਂਡ ਕਰਦਾ ਰਹਿੰਦਾ। ਇਹ ਬੜੀ ਮਿਜ਼ਰੇਬਲ ਜੀ ਚੀਜ਼ ਹੈ। ਹੁਣ ਸਾਡੇ ਪੇਸ਼ੈਂਟ ਵਾਸਤੇ ਕਿੰਨਾ ਔਖਾ ਹੈ, ਕਿਉਂਕਿ ਹਰ ਜਗ੍ਹਾ 'ਤੇ ਅਲਕੋਹਲ ਸਰਵ ਹੋਣ ਡਈ ਹੈ, ਹਰ ਜਗ੍ਹਾ 'ਤੇ ਹਰ ਰੈਸਟੋਰੈਂਟ 'ਚ ਅਲਕੋਹਲ ਹੈਗੀ ਹੈ, ਹਰ ਸੋਸ਼ਲ ਗੈਦਰਿੰਗ 'ਚ ਅਲਕੋਹਲ ਹੈ, ਹਰ ਮੈਰਿਜ ਪਲੇਸ 'ਚ ਅਲਕੋਹਲ ਹੈਗੀ ਹੈ। ਹੁਣ ਸਾਡੇ ਪੇਸ਼ੈਂਟ ਵਾਸਤੇ ਕਿੰਨੀ ਔਖੀ ਗੱਲ ਹੈ ਕਿ ਆਪਣੇ ਆਪ ਨੂੰ ਇਹ ਚੀਜ਼ ਤੋਂ ਰੋਕ ਕੇ ਰੱਖਣਾ। ਐਂਡ ਸਾਡੇ ਪੇਸ਼ੈਂਟ ਦੇ ਵਿੱਚ ਹੈ ਕਿ ਜੇ ਉਹਨੇ ਇੱਕ ਪੈਗ ਲਾਇਆ ਤਾਂ ਉਹਨੂੰ ਪਿਆਸ 2 ਪੈਗ ਦੀ ਲੱਗ ਜਾਣੀ ਹੈ, ਜੇ 2 ਲਾਏ ਤਾਂ ਉਹਨੂੰ 4 ਦੀ ਲੱਗ ਜਾਣੀ ਹੈ, 4 ਲਾਏ ਤਾਂ ਉਹਨੂੰ 8 ਦੀ ਲੱਗ ਜਾਣੀ ਹੈ। ਅੱਛਾ, ਫਿਰ ਇਹ ਨਹੀਂ ਹੁੰਦਾ ਕਿ ਸਿਰਫ ਅਲਕੋਹਲ 'ਚ ਹੀ, ਬਾਕੀ ਡਰੱਗਸ 'ਚ ਵੀ ਇਸ ਤਰ੍ਹਾਂ ਹੀ ਹੈ। ਸਾਡੇ ਪੇਸ਼ੈਂਟਸ ਵਿੱਚ ਟੋਲਰੈਂਸ ਇੰਨੀ ਜਲਦੀ ਡਿਵੈਲਪ ਹੁੰਦੀ ਹੈ, ਜਿਹਨੇ ਅੱਜ ਛੋਟੀ ਜਿਹੀ ਹਫੀਮ ਦੀ ਗੋਲੀ ਖਾਧੀ ਨਾ, ਉਹਦੇ 3 ਦਿਨਾਂ ਦੇ ਬਾਅਦ ਵੱਧ ਜਾਣੀ ਹੈ, ਅਤੇ 2-3 ਮਹੀਨਿਆਂ ਦੇ ਬਾਅਦ 1 ਤੋਲਾ ਹੋ ਜਾਣੀ ਹੈ। ਐਂਡ ਉਹਨੇ ਅਫੀਮ ਖਾ ਕੇ ਵੀ ਉਸ ਤਰ੍ਹਾਂ ਇੰਟੋਕਸੀਕੇਟਡ ਰਹਿਣਾ, ਉਹਦੇ ਦਿਮਾਗ ਨੂੰ ਚੜ੍ਹ ਜਾਣੀ ਹੈ। ਜਿਹੜੀ ਮਰਜ਼ੀ ਡਰੱਗਸ ਲੈਣਗੇ, ਐਂਡ ਸਾਡੇ ਪੇਸ਼ੈਂਟ ਫਿਰ ਜਦੋਂ ਸਿਗਰਟ ਪੀਣਗੇ ਤਾਂ ਚੇਨ ਸਮੋਕਰ ਬਣ ਜਾਣਗੇ, ਜੇ ਨਿਕੋਟੀਨ ਲੈਣਗੇ ਤਾਂ ਉਹਦੀ ਹੱਦ ਮੁੱਕ ਜਾਏਗੀ, ਜੇ ਉਹ ਮੈਰਾਉਣਾ ਲੈਣਗੇ ਤਾਂ ਇਹ ਉਦੋਂ ਤੱਕ ਲੈਂਦੇ ਰਹਿਣਗੇ ਜਦੋਂ ਤੱਕ ਸਾਈਕੋਟਿਕ ਨਾ ਹੋ ਜਾਣ, ਡਿਲੀਜ਼ਨਸ ਨਾ ਹੋ ਜਾਣ, ਐਂਡ ਦੇ ਐਂਡ ਆਪ ਇਨ ਸਕਿਜ਼ੋਫਰੇਨੀਆ। ਇਸ ਤੋਂ ਜ਼ਿਆਦਾ ਦਰਦਨਾਕ ਕਿਹੜੀ ਚੀਜ਼ ਹੋ ਸਕਦੀ ਹੈ? ਪੈਰਾਨੋਇਡ। ਐਂਡ ਫਿਰ ਅੱਗੇ ਅੱਗੇ ਜਿਹੜੀ ਸਟੋਰੀ ਚੱਲਦੀ ਉਹ ਬੜੀ ਪੇਨਫੁੱਲ ਹੁੰਦੀ ਹੈ, ਬੜੀ ਪੇਨਫੁੱਲ ਹੁੰਦੀ ਹੈ। ਇਹਦੀ ਪੇਨ ਇਸ ਕਰਕੇ ਇੰਪੋਰਟੈਂਟ ਹੈ ਕਿ ਜਿਹੜਾ ਬੰਦਾ ਡਰੱਗਸ ਲੈਂਦਾ ਅਤੇ ਜਿਹਨੂੰ ਡਰੱਗ ਨਹੀਂ ਪਚਦੀ ਨਾ, ਜਿਹੜੇ ਉਹਦੇ ਬਿਹੇਵੀਅਰ ਆ ਜਾਂਦੇ ਆ ਨਾ, ਉਹ ਬੜੇ ਅਨਐਕਸਪੈਕਟਡ ਹੁੰਦੇ ਆ ਅਤੇ ਡਿਸਰਿਸਪੈਕਟਫੁੱਲ ਹੁੰਦੇ ਆ ਟੂਵਰਡਸ ਸੋਸਾਇਟੀ ਐਂਡ ਟੂਵਰਡਸ ਦਾ ਪੀਪਲ ਹੂ ਲਵ ਦੈਮ। ਇਸ ਕਰਕੇ ਇਟ ਇਜ਼ ਅ ਵੈਰੀ ਵੈਰੀ ਨਟੋਰੀਅਸ ਬਿਮਾਰੀ। ਜਾਂ ਤਾਂ ਬੰਦਾ ਹੋਏ ਨਾ, ਚਲੋ ਪੀਤੀ ਖਾਧੀ ਅਤੇ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਚਲੋ ਜੀ ਕੰਮ ਖਤਮ ਹੋਇਆ, ਕਿਸੇ ਨੂੰ ਤਾਂ ਨਹੀਂ ਨਾ ਤੰਗ ਕੀਤਾ। ਪਰ ਸਾਡੇ ਪੇਸ਼ੈਂਟ ਦੇ ਵਿੱਚ ਅਕਸਰ ਇਹ ਸਟੇਜ ਆ ਜਾਂਦੀ ਹੈ ਜਿਹਦੇ 'ਚ ਹੀ ਬਿਕਮਸ ਨਿਊਸੈਂਸ ਟੂ ਦਾ ਸੋਸਾਇਟੀ, ਹੀ ਬਿਕਮਸ ਅਬਿਊਜ਼ਿਵ, ਹੀ ਬਿਕਮਸ ਸੋ ਮੱਚ ਵਲਗਰ। ਉਹਦੇ ਕਦੀ ਉਹਨੇ ਜਿਹੜੀ ਅਬਿਊਜ਼ ਨਹੀਂ ਨਾ ਕੀਤਾ ਹੋਏਗਾ, ਗਾਲ ਨਹੀਂ ਕੱਢੀ ਹੋਏਗੀ ਘਰ 'ਚ, ਉਹਦੇ ਅੰਦਰੋਂ ਗਾਲਾਂ ਨਿਕਲਣ ਲੱਗ ਪੈਣਗੀਆਂ, ਹਰ ਗੱਲ ਗੱਲ 'ਚ ਗਾਲ ਕੱਢੇਗਾ। ਦੈਨ ਪਤਾ ਕੀ ਹੁੰਦਾ ਸਾਡੇ ਪੇਸ਼ੈਂਟ ਦੇ ਵਿੱਚ, ਇੱਕ ਹੋਰ ਬੜੀ ਮਤਲਬ, ਇੱਕ ਤਾਂ ਤੁਹਾਨੂੰ ਪਤਾ ਹੀ ਹੈ ਵੋਮਟਿੰਗ। ਕੱਲ੍ਹ ਯੈਸਟਰਡੇ ਆਈ ਹੈਡ ਪੇਸ਼ੈਂਟ ਫਰੋਮ ਕਪੂਰਥਲਾ, ਦਿਖਾਇਆ ਸੀ ਨਾ ਤੁਹਾਨੂੰ ਸਾਰਿਆਂ ਨੂੰ, ਕਪੂਰਥਲੇ ਤੋਂ ਆਏ ਸੀ ਇਲਾਜ ਕਰਾਉਣ ਵਾਸਤੇ। ਐਂਡ ਜਦੋਂ ਮੈਂ ਸਾਰਾ ਉਹਦਾ ਦੇਖਿਆ, ਹੀ ਵਾਜ਼ ਵੋਮਟਿੰਗ ਬਲੱਡ, ਇੱਥੇ ਸਾਰਾ ਬਲੱਡ ਲੱਗਾ ਹੋਇਆ ਸੀਗਾ ਅਤੇ ਮੇਰੇ ਸਾਹਮਣੇ ਵੋਮਿਟ ਆਈ ਸਾਰਾ ਬਲੱਡ। ਹੁਣ ਜਦੋਂ ਤੁਸੀਂ ਇਹ ਦੇਖਦੇ ਹੋ ਸਟੇਟ, ਅਤੇ ਕਹਿੰਦੇ ਕਪੂਰਥਲੇ ਤੋਂ ਹੀ ਜਦੋਂ ਅਸੀਂ ਤੁਰੇ ਸੀ ਲੈ ਕੇ ਉਦੋਂ ਦੀ ਬਲੱਡ ਵੋਮਿਟਿੰਗ ਆਉਣ ਡਈ ਹੈ। ਸੋ ਇਮੀਡੀਏਟਲੀ ਰਸ਼ ਟੂ ਦਾ ਪਲੇਸ ਕਿ ਜਿੱਥੇ ਇਹਦੀ ਬਲੀਡਿੰਗ ਰੋਕੀ ਜਾ ਸਕੇ। ਇਹ ਹੁਣ ਛੋਟੀ ਜਿਹੀ ਚੀਜ਼ ਹੈ, ਵੋਮਿਟਿੰਗ ਆਫ ਬਲੱਡ। ਫਿਰ ਉਹਦੀ ਹਿਸਟਰੀ ਆਫ ਫਿਟਸ ਹੈਗੇ ਹੈ, ਐਪੀਲੈਪਟਿਕ ਫਿਟਸ ਪੈਂਦੇ ਹੈ, ਯਾਦਾਸ਼ ਘੱਟਦੀ ਜਾਂਦੀ ਹੈ। ਐਂਡ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਜੇ ਦੋ ਇਨਸਾਨਾਂ ਕੋਲ ਖੜ੍ਹੇ ਹੋ ਨਾ, ਇੱਕ 20% 'ਚ ਹੈ ਅਤੇ ਇੱਕ 80% 'ਚ ਹੈ, ਦੋਨਾਂ ਨੇ ਸਪੋਜ਼ ਕਰੋ 4-4 ਪੈਗ ਲਾਏ ਹੈ, ਜਿਹਨੇ 4 ਪੈਗ ਲਾਏ ਜਿਹੜਾ 80% 'ਚ ਹੈ ਨਾ, ਉਹਦੇ ਕੋਲੋਂ ਕੋਈ ਪੰਜੰਟ ਸਮੈਲ ਨਹੀਂ ਆਏਗੀ, ਅਤੇ ਜਿਹਦੇ 4 ਪੈਗਸ ਲਾਏ ਹੈ ਅਤੇ ਉਹ 20% ਹੈ ਨਾ, ਉਹਦੇ ਅੰਦਰੋਂ ਐਲਡੀਹਾਈਡ ਦੀ ਸਮੈਲ ਆਏਗੀ। ਐਂਡ ਦੈਟ ਇਜ਼ ਸੋ ਓਬਨੋਕਸ਼ੀਅਸ ਕਿ ਉਹਨੂੰ ਟੋਲਰੇਟ ਕਰਨਾ ਬੜਾ ਔਖਾ। ਜਿਹੜਾ 4 ਪੈਗ ਵਾਲਾ ਬੰਦਾ, ਜਿਹੜਾ ਸਾਡਾ ਪੇਸ਼ੈਂਟ ਹੈ, ਜਦੋਂ ਉਹ ਕਿਸੇ ਜਗ੍ਹਾ 'ਤੇ ਐਂਟਰ ਕਰੇਗਾ ਨਾ, ਉਹਦੇ ਅੰਦਰੋਂ ਜਿਹੜੀ ਸਮੈਲ ਆਏਗੀ ਨਾ, ਉਹ ਐਲਡੀਹਾਈਡ ਦੀ ਸਮੈਲ ਹੋਏਗੀ, ਅਲਕੋਹਲ ਦੀ ਸਮੈਲ ਨਹੀਂ ਹੋਏਗੀ। ਹੁੰਦਾ ਨਾ ਜੀ,
ਯੂ ਕੈਨ ਸਮੈਲ ਏ ਪਰਸਨ, ਤੁਸੀਂ ਉਹਦੀ ਲੁਕਸ ਤੋਂ ਦੇਖ ਸਕਦੇ ਟੌਕਸਿਕ ਹੈ, ਅੱਖਾਂ ਤੋਂ ਦੇਖ ਸਕਦੇ ਹੋ ਟੌਕਸਿਕ ਹੈ, ਹੱਥ ਉਹਦੇ ਟਰੈਵਲਿੰਗ ਕਰਨੇ ਸ਼ੁਰੂ ਕਰ ਦੇਣਗੇ, ਐਂਡ ਹੀ ਵਿਲ ਹਿਲ ਬਿਹੇਵੀਅਰ ਵਿਲ ਬੀ ਟੋਟਲੀ, ਕੋਈ ਮਤਲਬ ਆਪਸ 'ਚ ਕੋਆਰਡੀਨੇਸ਼ਨ ਨਹੀਂ ਹੋਏਗੀ, ਲੈਗਸ ਆਰਮਸ ਦੀ ਕੋਈ ਕੋਆਰਡੀਨੇਸ਼ਨ ਨਹੀਂ ਹੋਏਗੀ, ਐਂਡ ਹੀ ਵਿਲ ਬੀ ਟਾਕਿੰਗ ਸਮਥਿੰਗ, ਹੀ ਵਿਲ ਉਹਨਾਂ ਲੋਕਾਂ ਨੂੰ ਗ੍ਰੈਬ ਕਰ ਰਿਹਾ ਹੋਏਗਾ, ਉਹਨਾਂ ਲੋਕਾਂ ਦੇ ਨਾਲ ਫਿਜ਼ੀਕਲ ਟੱਚ ਕਰ ਰਿਹਾ ਹੋਏਗਾ ਜਿਨ੍ਹਾਂ ਦੇ ਨਾਲ ਉਹ ਨੋਰਮਲੀ ਨਹੀਂ ਫਿਜ਼ੀਕਲ ਟੱਚ ਕਰਦਾ। ਵੀ ਆਲ ਨੋ ਕਿ ਸਾਡੀਆਂ ਬਾਉਂਡਰੀਜ਼ ਹੈ, ਕਿਹਦੇ ਨਾਲ ਅਸੀਂ ਫਿਜ਼ੀਕਲ ਟੱਚ ਕਰਨਾ, ਕਿਹਦੇ ਨਾਲ ਨਹੀਂ ਫਿਜ਼ੀਕਲ ਟੱਚ ਕਰਨਾ, ਐਂਡ ਸਾਡੇ ਪੇਸ਼ੈਂਟ ਨੂੰ ਕਈ ਵਾਰੀ ਬਹੁਤ ਟੋਰਚਰ ਸਹਿਣਾ ਪੈਂਦਾ ਬਿਕੋਜ਼ ਐਕਸੀਡੈਂਟਲੀ ਔਰ ਬਿਕੋਜ਼ ਆਫ ਨੋਨ ਸੈਂਸ ਹੋਣ ਕਰਕੇ, ਸੈਂਸਿਸ ਦੀ ਲੋਸ ਹੋਣ ਕਰਕੇ ਦੇ ਸਰਟਨ ਫੀਮੇਲਸ ਇਨ ਏ ਡਿਫਰੈਂਟ ਔਡ ਵੇ, ਐਂਡ ਦੇ ਆਰ ਬੀਟਨ ਪਬਲਿਕਲੀ, ਬੀਟਨ ਸੋ ਮੈਨੀ ਟਾਈਮ। ਬੰਦੇ ਚ ਵੀ ਵਾਈਫ ਨਜ਼ਰ ਆਉਂਦੀ ਹੋਏਗੀ ਨਾ। ਸੋ ਗੱਲ ਹੈਗੀ, ਦੇਖੋ ਹੁਣ ਆਪਾਂ ਹੱਸਦੇ ਹਾਂ ਨਾ, ਹੁਣ ਇਹ ਦੇਖੋ ਕਿੰਨੀ ਪੇਨਫੁਲ ਚੀਜ਼ ਹੈ ਕਿ ਸਾਨੂੰ ਹਾਸਾ ਆਉਂਦਾ, ਕੋਈ ਡਿੱਗੇ ਹਾਸਾ ਆਉਂਦਾ, ਕੋਈ ਬੇਹੋਸ਼ ਹੋ ਕੇ ਡਿੱਗ ਪਿਆ ਹਾਸਾ ਆਉਂਦਾ। ਮੈਂ ਆਪ ਦੇਖਿਆ ਜੀ ਮੈਰਿਜ, ਸਾਡੇ ਪੇਸ਼ੈਂਟ ਵਿਚਾਰਾ ਥੱਲੇ ਲੇਟਿਆ ਹੁੰਦਾ, ਹੁਣ ਕੀ ਕਰੇ ਬੰਦਾ ਵੋਮਿਟਿੰਗ ਨਾਲ, ਐਂਡ ਵੇਟਰਸ ਉਹਨੂੰ ਉਠਾ ਰਹੇ ਹੁੰਦੇ ਆ, ਐਂਡ ਦੈਨ ਦੇ ਆਰ ਮੇਕਿੰਗ ਫਨ ਆਫ ਹਿਮ, ਉਹਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ। ਅੱਜ ਕੱਲ੍ਹ ਤਾਂ ਇਹ ਵੀ ਬੜਾ ਸ਼ੁਰੂ ਹੋ ਗਿਆ। ਫਿਰ ਕੋਈ ਸਾਡੇ ਪੇਸ਼ੈਂਟ ਜਦੋਂ ਰਿਲੀਜੀਅਸ ਪਲੇਸ 'ਚ ਚਲ ਜਾਂਦੇ ਆ, ਨੋਟ ਨੋਇੰਗ ਦਾ ਫੈਕਟ ਕਿ ਵੀ ਉਹਨਾਂ ਨੂੰ ਕੀ ਪਤਾ, ਐਂਡ ਰਿਲੀਜੀਅਸ ਪਲੇਸ 'ਚ ਜਦੋਂ ਜਾਂਦੇ ਆ ਤਾਂ ਪੀਪਲ ਫੀਲ ਕਿ ਇਹ ਇਨਸਲਟਿੰਗ ਹੈ, ਉਹ ਫਿਰ ਜੋ ਹਾਲ ਹੁੰਦਾ ਤੁਹਾਨੂੰ ਪਤਾ ਹੀ ਹੈ। ਨਮਰਤਾ ਹੈਲਪ ਕਰਨਾ ਉਹਨੂੰ। ਹਾਂਜੀ ਹਾਂਜੀ, ਆਪਣੇ ਸਰਾਊਂਡਿੰਗ 'ਚ ਇਹੋ ਜਿਹੇ ਬਹੁਤ ਲੋਕ ਮੈਂ ਦੇਖਦੀ ਹਾਂ ਜਿਹੜੇ ਡਰਿੰਕ ਲੈਂਦੇ ਆ ਡੇਲੀ, ਬਟ ਦੋ ਡਰਿੰਕ ਤਾਂ ਜ਼ਰੂਰੀ ਚਾਹੀਦੇ ਹੀ ਹੈ, ਚਾਹੇ ਉਹ ਰੁਕ ਜਾਂਦੇ ਦੋ ਤੋਂ ਬਾਅਦ, ਪਰ ਦੋ ਤਾਂ ਚਾਹੀਦੇ ਹੀ ਚਾਹੀਦੇ ਹੈ। ਡੂ ਦੇ ਫਾਲ ਇਨ 80% ਔਰ 20%, ਕਿਉਂਕਿ ਡਿਪੈਂਡੈਂਸੀ ਤਾਂ ਹੈ ਕਿ ਚਾਹੀਦੇ ਹੀ ਚਾਹੀਦੇ ਆ ਜੀ ਦੋ। ਹਾਂ, ਇੱਕ ਦੇਖੋ, ਇੱਕ ਵਰਡ ਹੈਗਾ ਯੂਜ਼, ਇੱਕ ਵਰਡ ਹੈਗਾ ਅਬਿਊਜ਼, ਇੱਕ ਵਰਡ ਹੈਗਾ ਅਡਿਕਸ਼ਨ। ਇਹ ਤਿੰਨ ਡਿਫਰੈਂਟ ਵਰਡਸ ਹੈ। ਯੂਜ਼ ਵਾਲਾ ਬੰਦਾ, ਇਫ ਹੀ ਟੇਕਸ ਇਟਸ ਓਕੇ, ਇਫ ਹੀ ਡਜ਼ਨਟ ਟੇਕ ਇਟਸ ਓਕੇ। ਅਬਿਊਜ਼ ਵਾਲਾ ਬੰਦਾ, ਹੀ ਵੁੱਡ ਟੇਕ ਡੇਲੀ 2 ਪੈਗਸ, ਐਂਡ ਐਟ ਟਾਈਮਸ ਕੋਈ ਅਕੁਇਜ਼ਨ ਹੋਇਆ ਤੇ ਹੀ ਵੁੱਡ ਈਵਨ ਟੇਕ 3 ਔਰ 4, ਬਟ ਹੀ ਇਜ਼ ਆਲ ਇਨ ਸੈਂਸਿਸ, ਇਟ ਡਜ਼ਨਟ ਫਾਲ ਇਨ ਟੂ ਦੈਟ ਐਂਟੀ ਸੋਸ਼ਲ ਟਾਈਪ ਆਫ ਬਿਹੇਵੀਅਰਸ। ਬਟ ਆਰ ਪੇਸ਼ੈਂਟ ਇਜ਼ ਦਾ ਵਨ, ਉਹ ਜਦੋਂ ਵੀ ਪੀਏਗਾ, ਹੀ ਵਿਲ ਨੈਵਰ ਬੀ ਐਕਟਿੰਗ ਐਜ਼ ਅ ਸੋਬਰ ਪਰਸਨ, ਕਿਉਂਕਿ ਉਹਦੇ ਅੰਦਰ ਜਿਹੜੀ ਅਲਕੋਹਲ ਹੈ ਡੀਟੋਕਸੀਫਾਈ ਹੋ ਕੇ ਐਸੀਟਾਲਡੀਹਾਈਡ 'ਚ ਨਹੀਂ ਕਨਵਰਟ, ਮਤਲਬ ਐਸੀਟਾਲਡੀਹਾਈਡ 'ਚ ਕਨਵਰਟ ਹੋ ਜਾਂਦੀ ਹੈ, ਪਰ ਅੱਗੋਂ ਐਸੀਟਿਕ ਐਸਿਡ ਐਂਡ ਵਾਟਰ ਐਂਡ ਕਾਰਬਨ ਡਾਈਆਕਸਾਈਡ 'ਚ ਕਨਵਰਟ ਨਹੀਂ ਹੁੰਦੀ। ਉਸ ਬੰਦੇ ਦਾ ਕੋਈ ਕਸੂਰ ਨਹੀਂ ਹੈ, ਉਸ ਬੰਦੇ ਦਾ ਕੋਈ ਕਸੂਰ ਨਹੀਂ ਹੈ। ਇਹ ਕਸੂਰ ਹੈ ਕਿਹਦਾ? ਸਾਰਾ ਦਾ ਸਾਰਾ ਉਹਦੇ ਮੈਕਨਿਜ਼ਮ ਦਾ। ਜਿਹੜੀ ਆਪਾਂ ਇਹਦੇ ਚ, ਕੋਈ ਨਹੀਂ, ਤੁਸੀਂ ਫਿਕਰ ਨਾ ਕਰੋ ਜੀ, ਮੈਂ ਆਈ ਹੈਵ ਮੈਨੇਜਡ ਇਟ, ਡੋਨਟ ਵਰੀ, ਹੀ ਇਸ ਸਲੀਪਿੰਗ। ਯੂ ਟਾਕਿੰਗ ਟੂ ਮੀ? ਹਾਂਜੀ, ਯੂ ਟਾਕਿੰਗ ਟੂ ਮੀ? ਹਾਂ, ਤੁਸੀਂ ਦਾ ਕੋਈ ਐਨੀਥਿੰਗ ਯੂ ਵਾਂਟ ਟੂ ਸੇ? ਨਹੀਂ ਨਹੀਂ, ਮੈਂ ਤਾਂ ਗੱਲ ਕਰਦਾ ਨਹੀਂ ਵੀ, ਮੈਂ ਮੇਰਾ ਯੂ ਐਸ ਗੈਸ ਸਟੇਸ਼ਨ ਆ,
ਮੈਂ ਕੈਨੇਡਾ ਕਨਵੈਨਸ਼ਨ ਸੈਂਟਰ ਗਿਆ ਸੀ ਜਾ ਕੇ ਸ਼ਰਾਬ ਪੀਣ ਵਾਲੇ ਬੰਦੇ 'ਚ ਔਰ ਨਾ ਪੀਣ ਵਾਲੇ 'ਚ ਮਤਲਬ ਜਿਹਨੇ ਆਏ ਹੁੰਦੇ ਉੱਥੇ ਟਾਈ ਟੂ ਲੱਗੀ ਹੁੰਦੀ ਕਮਿਊਨਿਟੀ ਸਾਡੀ ਪੰਜਾਬੀ ਬਹੁਤ ਚੇਲੇ ਤਿੰਨ ਚਾਰ ਪੈਗ ਲੱਗੇ ਨੀ ਜਿਹਦੇ ਗੱਲਬਾਤ ਬਦਲੀ ਨੀ ਅਸੀਂ ਲਾਇਆ ਹੁੰਦਾ ਦੋ ਓਨਲੀ ਫੋਰ ਇੰਪਲੋਈ ਉੱਥੇ ਆ ਕੇ ਬਣ ਜਾਣਾ ਉਹ ਨੋ ਨਹੀਂ ਨਾ ਪੜਿਆ ਜਾਂਦਾ ਫਿਰ ਜਿੱਦਾਂ ਸ਼ੈਫ ਤਲ ਰਿਹਾ ਮੱਛੀ ਉਹ ਉਹ 'ਚ ਚੱਕ ਕੇ ਖਾਈ ਜਾਣੀ ਜਾਂ ਕੋਈ ਨਾ ਕੋਈ ਨੁਕਸ ਕੱਢ ਦੇਣਾ ਤੁਸੀਂ ਕਹਿੰਦੇ ਨੁਕਤਾ ਚੀਤੀ ਕਰਦੇ ਬੰਦੇ ਅੱਜ ਅੱਜ ਚਿਕਨ ਚੀੜਾ ਸੀਗਾ ਸਾਡੇ ਪੇਸ਼ੈਂਟ ਦਾ ਇੱਕ ਫਾਇਦਾ ਜਿਹੜਾ ਲੋਕਾਂ ਨੂੰ ਹੋ ਸਕਦਾ ਹੈ ਕਿ ਸਾਡੇ ਪੇਸ਼ੈਂਟ ਨੂੰ ਦੇਖ ਕੇ ਕੋਈ ਨਵਾਂ ਬੰਦਾ ਅਲਕੋਹਲਿਕ ਅਲਕੋਹਲ ਪੀਣ ਨਹੀਂ ਪੀਊਗਾ ਮਤਲਬ ਇਹ ਨਹੀਂ ਹੁੰਦਾ ਕਿ ਸਾਡੇ ਪੇਸ਼ੈਂਟ ਨੂੰ ਦੇਖ ਕੇ ਕਿਸੇ ਨੂੰ ਲਾਲਚ ਆ ਗਿਆ ਕਿ ਮੈਂ ਵੀ ਪੀਆਂ ਸਾਡੇ ਪੇਸ਼ੈਂਟ ਨੂੰ ਦੇਖ ਕੇ ਨਹੀਂ ਹੋਏਗਾ ਦੇ ਆਰ ਸੋ ਮੈਨੀ ਟਾਈਮਸ ਲੋਕੀ ਕੁਐਸਚਨ ਕਰਦੇ ਹੈ ਕਿ ਰੀਹੈਬ 'ਚ ਜਾਏਗਾ ਅਤੇ ਇਹ ਨਵੀਆਂ ਆਦਤਾਂ ਸਿੱਖ ਲਏਗਾ ਫਿਰ ਇਟ ਹੈਜ਼ ਬਿਨ ਸਾਇੰਟੀਫਿਕਲੀ ਪਰੂਵਡ ਕਿ ਸਾਡੇ ਪੇਸ਼ੈਂਟ ਨੂੰ ਦੇਖ ਕੇ ਕਿਸੇ ਦੇ ਮਨ 'ਚ ਕਦੀ ਲਾਲਚ ਨਹੀਂ ਆਏਗਾ ਕਿਉਂਕਿ ਸਾਡੇ ਪੇਸ਼ੈਂਟ ਦਾ ਹਾਲ ਹੀ ਇਹੋ ਜਿਹਾ ਹੋਏਗਾ ਕਿ ਉਹਨੂੰ ਦੇਖ ਕੇ ਬੰਦਾ ਜਿਹੜਾ ਪੀਣ ਵਾਲਾ ਬੰਦਾ ਉਹ ਵੀ ਕਹੇਗਾ ਕਿ ਯਾਰ ਰਹਿਣੀ ਦੇਣੀ ਚਾਹੀਦੀ ਚੀਜ਼ ਐਡੀ ਵਧੀਆ ਨਹੀਂ ਹੈਗੀ ਇਹ ਨਹੀਂ ਹੋ ਸਕਦਾ ਕਿ ਕਿਸੇ ਦੇ ਮਨ 'ਚ ਆਏ ਕਿ ਮੈਂ ਵੀ ਟਰਾਈ ਕਰਕੇ ਦੇਖਾਂ ਇਹ ਹੋਏਗਾ ਕਲੱਬਾਂ 'ਚ ਹੋਏਗਾ ਰੈਸਟੋਰੈਂਟ 'ਚ ਹੋਏਗਾ ਹੋਟਲਸ ਵਿੱਚ ਹੋਏਗਾ ਬਾਰਸ ਵਿੱਚ ਹੋਏਗਾ ਕਿ ਜਦੋਂ ਬੰਦਾ ਕੋਈ ਗਿਆ ਉਹਨੂੰ ਕਿਸੇ ਨੂੰ ਦੇਖ ਕੇ ਹੀ ਵਿਲ ਬੀ ਗਲੋਰੀਫਾਈਡ ਕਿ ਅੱਛਾ ਇਹ 'ਚ ਕੋਈ ਹਰਜ ਨਹੀਂ ਹੈਗਾ ਇੱਥੇ ਬੜਾ ਸਟਾਈਲ ਹੈਗਾ ਉੱਥੇ ਜਾ ਕੇ ਦਿਲ ਕਰੇਗਾ ਸੋ ਰੀਹੈਬ ਇਜ਼ ਨੋਟ ਦਾ ਪਲੇਸ ਜਿੱਥੇ ਬੰਦਾ ਜਾ ਕੇ ਉਹ ਆਪਣੀ ਆਪਣੀ ਸਾਰੇ ਜਿਹੜੇ ਪੇਸ਼ੈਂਟਸ ਹੈ ਨਾ ਆਪਣੀ ਮਦਰ ਡਰੱਗਸ 'ਚ ਫਸੇ ਹੁੰਦੇ ਇੱਕ ਮਦਰ ਡਰੱਗ ਹੁੰਦੀ ਹੈ ਨਾ ਉਹ ਮਦਰ ਡਰੱਗ ਜਿਹਨੇ ਇੰਪਰੈਸ਼ਨ ਪਾਇਆ ਹੁੰਦਾ ਨਾ ਉਹ ਮਦਰ ਡਰੱਗ ਰਹਿੰਦੀ ਹੈ ਜੇ ਕਿਸੇ ਦੀ ਮੈਰੇਓਨਾ ਤਾਂ ਮੈਰੇਓਨਾ ਜੇ ਕਿਸੇ ਨਿਕੋਟੀਨ ਹੈ ਕਿਸੇ ਦੀ ਅਲਕੋਹਲ ਹੈ ਕਿਸੇ ਦੀ ਹੈਰੋਇਨ ਹੈ ਕਿਸੇ ਦੀ ਜਿਹੜੀ ਹੈ ਜਿਹੜੀ ਮਦਰ ਡਰੱਗ ਹੈ ਨਾ ਉਹ ਬੰਦਾ ਆਪਣੀ ਮਦਰ ਡਰੱਗ ਨੂੰ ਸਟਿੱਕ ਕਰ ਰਿਹਾ ਹੁੰਦਾ ਲੋਕ ਟਰਾਈ ਕਰਦੇ ਆ ਮਦਰ ਡਰੱਗ ਤੋਂ ਸਟੇਅ ਕਰਨ ਵਾਸਤੇ ਜਿਵੇਂ ਅਲਕੋਹਲਿਕ ਹੋ ਗਿਆ ਅਲਕੋਹਲਿਕ ਨੂੰ ਸਰੋਟਿਕ ਲਿਵਰ ਹੋ ਗਿਆ ਉਹ ਸੋਚੇਗਾ ਹੁਣ ਮੈਂ ਓਪੀਅਮ ਖਾ ਲਾਂਗਾ ਤਾਂ ਗੱਲ ਬਣ ਜਾਏਗੀ ਪਰ ਉਹ ਓਪੀਅਮ ਦੇ ਨਾਲ ਵੀ ਸੇਮ ਇੰਟੋਕਸੀਕੇਸ਼ਨ ਹੋ ਜਾਏਗੀ ਜਿਹੜੀ ਕਿ ਪਹਿਲਾਂ ਅਲਕੋਹਲ ਨਾ ਹੁੰਦੀ ਸੀ ਬਸ ਇਹ ਹੈ 10-15 ਦਿਨ ਲੰਘ ਜਾਣਗੇ ਲੋਕ ਸਵਿਚ ਕਰਦੇ ਰਹਿੰਦੇ ਫਰੋਮ ਵਨ ਡਰੱਗ ਟੂ ਅਨਦਰ ਡਰੱਗ ਅਨਦਰ ਟੂ ਅਨਦਰ ਡਰੱਗ ਹਾਂ ਇਨ ਕੰਬੀਨੇਸ਼ਨ ਹੁੰਦਾ ਨਾ ਕਿ ਵੀ ਜਿਵੇਂ ਹੁਣ ਘਰ 'ਚ ਕੋਈ ਆ ਜੇ ਰਿਸ਼ਤੇਦਾਰ ਅਤੇ ਸਬਜ਼ੀ ਘੱਟ ਜੇ ਅਤੇ ਫਿਰ ਬੰਦਾ ਕਹਿੰਦਾ ਆਲੂ ਥੋੜ੍ਹੇ ਜਿਹੇ ਹੋਰ ਪਾ ਲਓ ਥੋੜ੍ਹਾ ਜਿਹਾ ਪਾਣੀ ਪਾ ਲਓ ਅਤੇ ਇਹੋ ਜਿਹੀਆਂ ਚੀਜ਼ਾਂ ਪਾ ਕੇ ਅਤੇ ਆਪਾਂ ਉਹਦੀ ਸਬਜ਼ੀ ਦੀ ਕੁਆਂਟਿਟੀ ਵਧਾ ਦਿੰਦੇ ਹਾਂ ਤਾਂ ਕਿ ਪੂਰੀ ਆ ਜੇ ਸਾਡਾ ਪੇਸ਼ੈਂਟ ਵੀ ਇੰਝ ਹੀ ਆਲੂ ਗੋਸ਼ਤ ਕੁਛ ਨਾ ਕੁਛ ਬਣਾਉਂਦਾ ਰਹਿੰਦਾ ਤਾਂ ਕਿ ਮੇਰੀ ਪੂਰੀ ਪੈ ਜੇ ਪਰ ਉਹਦੀ ਪੂਰੀ ਪੈਂਦੀ ਨਹੀਂ ਹੈ ਪੂਰੀ ਪੈਂਦੀ ਨਹੀਂ ਉਹਦੀ ਸਰ ਜਿਹੜਾ ਉਹਨਾਂ ਦਾ ਕੁਐਸਚਨ ਸੀਗਾ ਮੈਂ ਉਹੀ ਕੰਟੀਨਿਊ ਕਰਨਾ ਚਾਹੂੰਗੀ ਜਿਵੇਂ ਤੁਸੀਂ ਕਿਹਾ ਕਿ ਯੂਜ਼ ਅਬਿਊਜ਼ ਐਂਡ ਐਡਿਕਸ਼ਨ ਹੈ ਕਿ ਦੋ ਪੈਗ ਪੀਣੇ ਪਰ ਡੇਲੀ ਪੀਣੇ ਹੀ ਪੀਣੇ ਕਿ ਉੱਠ ਜਾਂਦੀ ਡਿਪੈਂਡੈਂਸੀ ਹੈ ਸੋ ਇਸ ਦਿਸ ਅਬਿਊਜ਼ ਔਰ ਐਡਿਕਸ਼ਨ ਜਿਵੇਂ ਸਰ ਦਿਸ ਇਜ਼ ਅਬਿਊਜ਼ ਅਬਿਊਜ਼ ਦਿਸ ਇਜ਼ ਅਬਿਊਜ਼ ਓਕੇ ਯੂਜ਼ ਇਜ਼ ਕਿ ਤੁਸੀਂ ਯੂਜ਼ ਕਰੋ ਤੇ ਕਿਸੇ ਚੀਜ਼ ਨੂੰ ਨਾ ਵੀ ਯੂਜ਼ ਕਰੋ ਅਬਿਊਜ਼ ਇਜ਼ ਵੈਨ ਯੂ ਆਰ ਯੂਜ਼ਿੰਗ ਇਟ ਯੂ ਆਰ ਨਾਟ ਸਟਿਲ ਡਿਪੈਂਡੈਂਟ ਬਟ ਯੂ ਆਰ ਅਬਿਊਜ਼ਿੰਗ ਇਟ
ਹੁਣ ਤੁਸੀਂ ਕੋਈ ਕਿਸੇ ਜਗ੍ਹਾ ਤੇ ਗਏ ਹੋ ਤੇ ਤੁਸੀਂ ਜਾ ਕੇ ਤੁਹਾਡਾ ਫਸਟ ਅਟਰੈਕਸ਼ਨ ਹੈ ਕਿ ਚੱਲ ਯਾਰ ਦੋ ਪੈਗ ਲਾ ਹੀ ਲਵਾਂ ਫਿਰ ਪਾਰਟੀ ਇੰਜੋਏ ਕਰਾਂਗਾ, ਦਿਸ ਇਜ਼ ਅਬਿਊਜ਼। ਜਦੋਂ ਤੁਹਾਨੂੰ ਕੋਈ ਵੀ ਚੀਜ਼ ਡਾਂਸ ਇੰਜੋਏ ਕਰਨ ਵਾਸਤੇ ਸਟੇਜ ਤੇ ਜਾਣ ਵਾਸਤੇ ਯੂ ਹੈਵ ਟੂ ਟੇਕ ਟੂ ਪੈਗਸ, ਬਹੁਤ ਸਾਰੇ ਲੋਕ ਕਰਦੇ ਹੈ, ਦੈਟ ਇਜ਼ ਅਬਿਊਜ਼। ਚੱਲ ਮੈਂ ਸਪੀਚ ਦੇਣੀ, ਇੱਕ ਪੈਗ ਲਾ ਕੇ ਜਾਣਾ। ਮੇਰੇ ਕੋਲ ਇੱਕ ਜੱਜ ਆਏ, ਉਹ ਕਹਿੰਦੇ ਮੈਂ ਪਹਿਲਾਂ ਜਦੋਂ ਮੈਂ ਫੈਸਲਾ ਲਿਖਣਾ ਹੁੰਦਾ ਤਾਂ ਮੇਰਾ ਹੱਥ ਮੈਨੂੰ ਬੜਾ ਚਾਹੀਦਾ, ਸੋ ਮੈਂ ਰੀਡਰ ਨੂੰ ਕਹਿੰਦਾ ਕਿ ਦੋ ਪੈਗ ਲਿਆ ਕੇ ਆਪਣੇ ਬੈਕਰੂਮ 'ਚ ਰੱਖ ਲਏ ਅਤੇ ਉੱਥੇ ਦੋ ਪੈਗ ਲਗਾ ਕੇ ਫਿਰ ਆ ਕੇ ਮੈਂ ਫੈਸਲਾ ਲਿਖਣਾ। ਦਿਸ ਇਜ਼ ਅਬਿਊਜ਼। ਬਟ ਹੁਣ ਉਸ ਤੋਂ ਬਾਅਦ ਦੋ ਪੈਗ ਲਾਉਣ ਤੋਂ ਬਾਅਦ ਦੋ ਪੈਗ ਉਹ ਫਿਰ ਕਾਰ 'ਚ ਲਾ ਲਏ, ਦੋ ਪੈਗ ਉਹ ਫਿਰ ਖਾਣੇ ਦੇ ਨਾਲ ਲਾ ਲਏ ਅਤੇ ਘਰ ਜਾ ਕੇ ਕਹੇ ਕਿ ਮੈਂ ਸਿਰਫ ਦੋ ਹੀ ਪੈਗ ਲਾ ਰਿਹਾ, ਇਹਦਾ ਮਤਲਬ ਹੈ ਇਹ ਹੁਣ ਅਡਿਕਸ਼ਨ 'ਚ ਚਲੇ ਗਏ। ਇਹਦਾ ਮਤਲਬ ਹੈ ਕਿ ਉਹ ਜਿੰਨੀ ਪੀ ਜਾ ਰਿਹਾ ਉੰਨੀ ਨਿਕਲੀ ਜਾ ਰਹੀ ਹੈ। ਸਪੋਜ਼ ਕਰੋ ਕਿ ਤੁਹਾਨੂੰ ਲੂਜ਼ ਮੋਸ਼ਨ ਲੱਗ ਜਾਣ, ਤੁਸੀਂ ਉੱਪਰੋਂ ਖਾਈ ਜਾਓ ਥੱਲਿਓਂ ਲੂਜ਼ ਮੋਸ਼ਨ ਲੱਗ ਜਾਣ, ਸਾਡੇ ਪੇਸ਼ੈਂਟ ਨੂੰ ਫਨ ਦੀ ਲੂਜ਼ ਮੋਸ਼ਨ ਲੱਗ ਜਾਂਦੇ ਆ, ਉਹ ਜਿੰਨਾ ਫਨ ਕਰਨਾ ਚਾਹੁੰਦਾ ਨਾ ਉਨਾ ਹੀ ਫਨ ਨਿਕਲੀ ਜਾਂਦਾ। ਹੁਣ ਜਿਸ ਬੰਦੇ ਦੇ ਅੰਦਰ ਫਨ ਠਹਿਰਦਾ ਹੀ ਨਹੀਂ ਪਿਆ, ਇਹ ਗੱਲ ਬੜੇ ਧਿਆਨ ਨਾਲ ਸੁਣਨਾ, ਸਾਡੇ ਪੇਸ਼ੈਂਟ ਸਾਰੇ ਨਸ਼ਾ ਕਿਸ ਵਾਸਤੇ ਕਰਦੇ ਆ? ਫਨ ਵਾਸਤੇ। ਹੁਣ ਤੁਹਾਨੂੰ ਫਨ ਜਿਹੜਾ ਪਚਦਾ ਨਹੀਂ ਪਿਆ, ਜਿੰਨਾ ਤੁਸੀਂ ਫਨ ਕਰਦੇ ਹੋ ਤੁਹਾਡਾ ਉਹ ਜਿਹੜਾ ਡਰੱਗ ਹੈ ਉਹ ਡੀਟੋਕਸੀਫਾਈ ਨਹੀਂ ਹੁੰਦੀ ਪਈ ਅਤੇ ਉਹ ਫਨ 'ਤੇ ਫਿਰ ਆਉਂਦਾ ਨਹੀਂ ਨਾ ਪਿਆ, ਅਤੇ ਫਨ ਜਾਂਦਾ ਜਲਦੀ ਪਿਆ, ਆਉਂਦਾ ਘੱਟ ਪਿਆ, ਤੋ ਤੁਹਾਡੀ ਘਾਟੇ ਦਾ ਸੌਦਾ ਹੋ ਗਿਆ ਨਾ। ਫਿਰ ਤੁਸੀਂ ਪੀਤੀ ਵੀ, ਤੁਸੀਂ ਔਖੇ ਵੀ ਹੋਏ, ਤੁਸੀਂ ਝੂਠ ਵੀ ਬੋਲਿਆ, ਤੁਸੀਂ ਚੋਰੀ ਵੀ ਕੀਤੀ, ਤੁਸੀਂ ਗਾਲਾਂ ਵੀ ਕੱਢੀਆਂ, ਤੁਸੀਂ ਇਨਸਲਟ ਵੀ ਕਰਾਈ, ਪਰ ਜਿੰਨਾ ਫਨ ਤੁਹਾਨੂੰ ਆ ਨਹੀਂ ਰਿਹਾ ਜਾ ਉਸ ਤੋਂ ਜ਼ਿਆਦਾ ਰਿਹਾ। ਐਂਡ ਜਿਹੜੇ ਇਨਸਾਨ ਦੇ ਵਿੱਚ 80% ਹੋਏਗਾ ਨਾ ਉਹਦੇ 'ਚ ਫਨ ਆਏਗਾ ਜ਼ਿਆਦਾ, ਨਿਕਲੇਗਾ ਹੌਲੀ ਹੌਲੀ। ਜਿਹੜਾ ਫਨ ਉਹ ਅੱਜ ਕਰ ਰਿਹਾ ਨਾ ਉਹ ਸ਼ਾਮ ਨੂੰ 6 ਵਜੇ ਤੋਂ ਕਰਨਾ ਸ਼ੁਰੂ ਕਰਤਾ, 8 ਵਜੇ, 10 ਵਜੇ, 12 ਵਜੇ, 2 ਵਜੇ ਤੱਕ ਕਰ ਰਿਹਾ ਫਨ, ਅਤੇ ਉਤਰੇਗੀ ਉਹਦੀ ਜਾ ਕੇ 2 ਵਜੇ, 4 ਵਜੇ, 6 ਵਜੇ ਜਾਂ ਸਵੇਰੇ। ਸੋ ਉਹਦੇ ਅੰਦਰ ਫਨ ਰਹਿ ਗਿਆ ਨਾ, ਸਾਡੇ ਪੇਸ਼ੈਂਟ ਦੇ ਅੰਦਰ ਫਨ ਰਹਿੰਦਾ ਹੀ ਨਹੀਂ ਹੈ, ਉਹ ਇੱਕ ਪਾਸੇ ਪਾਈ ਜਾਂਦਾ, ਇੱਕ ਪਾਸੇ ਨਿਕਲੀ ਜਾਂਦਾ। ਐਂਡ ਨਿਕਲਣ ਦੀ ਜਿਹੜੀ ਕਿਰਿਆ ਉਹ ਬਹੁਤ ਤੇਜ਼ ਹੈ। ਜਿਹੜਾ ਇਹ ਪ੍ਰੋਗਰਾਮ ਦਾ ਸਟਰਕਚਰ ਹੈ ਜੋ WHO ਦੁਆਰਾ ਜੋ ਵੀ ਅਸੀਂ ਟ੍ਰੇਨਿੰਗ ਪ੍ਰੋਗਰਾਮ ਕਰ ਰਹੇ ਹਾਂ ਉਹਦਾ ਸਟਰਕਚਰ ਹੈ, ਇਹਦੇ 'ਚ ਮੈਡੀਕਲ ਸਪੋਰਟ ਇਜ਼ ਵੈਰੀ ਇੰਪੋਰਟੈਂਟ, ਦਵਾਈਆਂ ਦੀ। ਤੇ ਮਤਲਬ ਇਹ ਸਟੇਟਮੈਂਟ ਵੀ ਕਈ ਵਾਰੀ ਸੋਸਾਇਟੀ ਤੋਂ ਆਉਂਦੀ ਹੈ ਤਾਂ ਵੀ ਇਹ ਟ੍ਰੀਟਮੈਂਟ ਦਾ ਫਾਇਦਾ ਕੀ ਹੋਇਆ, ਤਾਂ ਇੱਕ ਸ਼ਰਾਬ ਦੀ ਲੱਤ ਛੱਡ ਕੇ ਦਵਾਈਆਂ ਦੀ ਲੱਤ ਲਾਤੀ, ਤਾਂ ਵੇਅਰ ਡਸ ਦੈਟ ਫਾਲ ਕਿ ਉਹ ਦਵਾਈਆਂ ਲੈਣੀਆਂ ਇੱਕ ਐਡਿਕਸ਼ਨ ਦੀ ਫਾਰਮ ਹੈ ਜਾਂ ਪੋਜ਼ਿਟਿਵ ਹੈ, ਜਾਂ ਉਹ ਜਿਵੇਂ ਤੁਸੀਂ ਕਿਹਾ ਅਬਿਊਜ਼ ਹੈ, ਯੂਜ਼ ਹੈ ਜਾਂ ਐਡਿਕਸ਼ਨ ਹੈ, ਜਿਹੜਾ ਟ੍ਰਾਂਸਫਰ ਹੋ ਰਿਹਾ ਫਰੋਮ ਸਬਸਟੈਂਸ ਟੂ ਮੈਡੀਸਿਨਸ, ਡਸ ਦੈਟ ਫਾਲ ਇਨ ਦ ਸੇਮ ਕੈਟਾਗਰੀ? ਦੇਖੋ, ਇਟਸ ਵੈਰੀ ਇੰਪੋਰਟੈਂਟ ਕੁਐਸਚਨ। ਜੇ ਤੁਹਾਡੇ ਡਰੱਗ ਦੀ ਡੋਜ਼ ਹਰ ਰੋਜ਼ ਵੱਧ ਰਹੀ ਹੈ, ਠੀਕ ਹੈ, ਇਹਦਾ ਮਤਲਬ ਤੁਹਾਨੂੰ ਟੋਲਰੈਂਸ ਡਿਵੈਲਪ ਹੋ ਰਹੀ ਹੈ ਅਤੇ ਤੁਹਾਡੀ ਜ਼ਿੰਦਗੀ ਅੱਗੇ ਨਾਲੋਂ ਡਾਊਨ ਦਾ ਟਰੈਕ ਜਾਈ ਜਾ ਰਹੀ ਹੈ, ਦੈਟ ਮੀਨਸ ਇਹ ਡਰੱਗ ਹੈ, ਇਹ ਸਬਸਟੈਂਸ ਹੈ, ਰਾਈਟ? ਜਿਹੜੀ ਅਸੀਂ ਡਰੱਗ ਦਿੰਦੇ ਹਾਂ ਉਹ ਓਪੋਜ਼ਿਟ ਟੂ ਦੈਟ ਹੈ, ਉਹ ਡੋਪਾਮਿਨ ਬਲੋਕਰ ਹੈ, ਸੀਰੋਟੋਨਿਨ ਰੀਅਪਟੇਕ ਇਨਹਿਬਿਟਰ ਹੈ, ਉਹ ਸਾਰੀਆਂ ਚੀਜ਼ਾਂ ਨੂੰ ਐਡਰੇਨਾਲੀਨ ਕੋਰਟੀਸੋਲ ਜਿਹੜੇ ਬਣਦੇ ਹੈ ਉਹਨਾਂ ਨੂੰ ਸਟੋਪ ਕਰਦੀ ਹੈ, ਉਹਨਾਂ ਨੂੰ ਰੋਕਦੀ ਹੈ। ਇਹਦਾ ਮਤਲਬ ਹੈ ਕਿ ਜਿਹੜੀ ਸਾਡੀ ਡੋਜ਼ ਹੈ ਜਿੰਨੀ ਅਸੀਂ ਸਟਾਰਟ ਕਰਦੇ ਹਾਂ ਨਾ ਉਹ 10 ਡੇਜ਼ ਬਾਅਦ ਅੱਧੀ ਰਹਿ ਜਾਂਦੀ ਹੈ, ਫਿਰ 7 ਡੇਜ਼ ਬਾਅਦ 1/4 ਹੋ ਜਾਂਦੀ ਹੈ, ਐਂਡ ਫਿਰ ਜਿਉਂ ਜਿਉਂ ਬੰਦੇ ਦੀ ਸਿਮਟਮਸ ਆਈ ਜਾਂਦੇ ਆ ਨਾ ਉਹ ਦਿਨੋਂ ਦਿਨ ਘੱਟਦੀ ਜਾਂਦੀ ਹੈ, ਐਂਡ ਇਟ ਡਜ਼ ਨਾਟ ਗਿਵ ਯੂ ਯੂਫੋਰੀਆ।
ਇਹ ਜਿਹੜੀ ਫੀਲਿੰਗ ਆਫ ਯੂਫੋਰੀਆ ਹੁੰਦੇ ਨਾ, ਸਾਡੇ ਪੇਸ਼ੈਂਟ ਡਰੱਗਸ ਨਹੀਂ ਆਉਣ ਦਿੰਦੀਆਂ, ਤਾਂ ਹੀ ਸਾਡੇ ਪੇਸ਼ੈਂਟ ਡਰੱਗਸ ਛੱਡਣ ਨੂੰ ਫਿਰਦੇ ਹੈ ਵੈਨ ਐਵਰ ਦੇ ਵਾਂਟ ਟੂ, ਮਤਲਬ ਕਿ ਉਹਨਾਂ ਨੇ ਟ੍ਰੀਟਮੈਂਟ ਤੋਂ ਆਪਣੀ ਦੂਰੀ ਬਣਾਉਣੀ ਹੈ ਨਾ, ਉਹਨਾਂ ਨੂੰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਜੇ ਕਿਤੇ ਮੈਂ ਡਰੱਗ ਕਰਾਂਗਾ ਤਾਂ ਮੈਨੂੰ ਮਜ਼ਾ ਨਹੀਂ ਆਏਗਾ। ਤਾਂ ਸਾਡੇ ਪੇਸ਼ੈਂਟ ਡਰੱਗਸ ਛੱਡ ਕੇ ਨਸ਼ਾ ਕਰਦੇ ਹੈ, ਕਿਉਂਕਿ ਸਾਡੀਆਂ ਜਿਹੜੀਆਂ ਡਰੱਗਸ ਹੈ ਨਾ ਉਹ ਨਸ਼ੇ ਨੂੰ ਪ੍ਰਮੋਟ ਨਹੀਂ ਕਰਦੀਆਂ, ਦੇ ਆਰ ਐਂਟੀ ਡਰੱਗ। ਪਰ ਹੁਣ ਅਸੀਂ ਜਿਹੜੀਆਂ ਮੈਡੀਸਨ ਯੂਜ਼ ਕਰਦੇ ਹਾਂ ਅਸੀਂ ਇਹ ਨਹੀਂ ਯੂਜ਼ ਕਰਦੇ ਕਿ ਪੇਸ਼ੈਂਟ ਨੂੰ ਰਿਐਕਸ਼ਨ ਹੋਏ। ਪਹਿਲੀਆਂ ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਮੈਂ ਜਦੋਂ ਕੀਤਾ ਸੀਗਾ ਨਾ, ਉਹ ਕਹਿੰਦੇ ਸੀ ਤੁਸੀਂ ਪੇਸ਼ੈਂਟ ਨੂੰ ਉਹ ਡਰੱਗਸ ਦਿਓ ਜਿਹਦੇ ਨਾਲ ਉਹਨੂੰ ਰਿਐਕਸ਼ਨ ਹੋਏ, ਬਟ ਅਸੀਂ ਦੇਖਿਆ ਕਿ ਰਿਐਕਸ਼ਨ ਤਾਂ ਪੇਸ਼ੈਂਟ ਨੂੰ ਵੈਸੇ ਹੀ ਹੋਣ ਡਿਆ, ਉਹਦੇ ਨਾਲ ਫਿਰ ਡੈਥਸ ਬੜੀਆਂ ਹੁੰਦੀਆਂ। ਤਾਂ ਅਸੀਂ ਕਿਹੜੀ ਮੈਡੀਸਨ ਦਿੰਦੇ ਹਾਂ ਜਿਹੜੀ ਕਿ ਮੇਜਰ ਟ੍ਰੰਕਲਾਈਜ਼ਰ ਹੁੰਦੀ ਹੈ, ਉਹ ਜਾ ਕੇ ਉਹ ਸਾਰੇ ਸਿਸਟਮ ਨੂੰ ਬਲੌਕ ਕਰ ਦਿੰਦੀ ਹੈ ਜਿਹਨੇ ਉਹਨੂੰ ਯੂਫੋਰੀਆ ਦੇਣਾ ਹੁੰਦਾ। ਹੁਣ ਸੋ ਹੁਣ ਜੇ ਸਾਡੇ ਪੇਸ਼ੈਂਟ ਨੇ ਬੇਸ ਲਾਈਨ ਇੱਕ ਡਰੱਗਸ ਦੀ ਲਈ ਹੋਈ ਹੈ, ਅਤੇ ਜੇ ਉਹ ਆਪਾਂ ਡਰੱਗ ਲਏਗਾ ਵੀ, ਹੀ ਵਿਲ ਨੋਟ ਹੈਵ ਦਾ ਐਡਵਾਂਟੇਜ ਆਫ ਯੂਫੋਰੀਆ, ਰਾਈਟ। ਇੱਕ ਤਾਂ ਇਹ ਡੋਜ਼ ਵੱਧ ਰਹੀ ਹੈ ਟੋਲਰੈਂਸ, ਦੂਸਰੀ ਗੱਲ ਹੈ ਕਿ ਇਹ ਜਿਹੜੀ ਡੋਜ਼ ਹੈ ਸਾਡੀ ਮੇਨਟੇਨੈਂਸ ਡੋਜ਼ 'ਤੇ ਆ ਜਾਂਦੀ ਹੈ ਇੱਕ ਟਾਈਮ 'ਤੇ, ਪ੍ਰੋਵਾਈਡਿਡ ਕਿ ਪੇਸ਼ੈਂਟ ਪ੍ਰੋਗਰਾਮ 'ਚ ਰਹੇ, ਪੇਸ਼ੈਂਟ ਕਾਉਂਸਲਿੰਗ ਲਵੇ, ਪੇਸ਼ੈਂਟ ਕੰਸਿਸਟੈਂਸੀ ਮੈਡੀਸਨ ਵੀ ਖਾਂਦਾ ਰਹੇ। ਦੇਰ ਇਜ਼ ਅਨਦਰ ਫੈਕਟਰ, ਜੇ ਅਸੀਂ ਪਹਿਲੀ ਵਾਰੀ 2 ਮਿਲੀਗ੍ਰਾਮ ਨਾਲ ਸ਼ੁਰੂ ਕੀਤਾ, ਜੇ ਪੇਸ਼ੈਂਟ ਨੇ 6 ਮਹੀਨੇ ਮੈਡੀਸਨ ਛੱਡਤੀ, ਹੁਣ ਜਦੋਂ ਸੈਕਿੰਡ ਟਾਈਮ ਸਾਡੇ ਕੋਲ ਆਏਗਾ 2 ਮਿਲੀਗ੍ਰਾਮ ਇਨਫੈਕਟਿਵ ਹੋਏਗੀ, ਫਿਰ ਅਸੀਂ 4 ਮਿਲੀਗ੍ਰਾਮ ਦੇਵਾਂਗੇ। ਫਿਰ ਜੇ ਪੇਸ਼ੈਂਟ 6 ਮਹੀਨੇ ਛੱਡ ਦੇਗਾ, ਅਨਦਰ ਰਿਲੈਪਸ ਐਂਡ ਵੀ ਵਿਲ ਯੂਜ਼ 6 ਮਿਲੀਗ੍ਰਾਮ। ਉਸ ਤੋਂ ਬਾਅਦ ਜਦੋਂ ਪੇਸ਼ੈਂਟ ਆਏਗਾ 6 ਮਹੀਨੇ ਸਾਲ ਦੇ ਬਾਅਦ ਰਿਲੈਪਸ ਹੋਏਗਾ, ਫਿਰ 6 ਮਿਲੀਗ੍ਰਾਮ ਇਨਫੈਕਟਿਵ ਹੋਏਗੀ, ਫਿਰ ਸਾਨੂੰ ਉਹਦੇ ਨਾਲ ਇੱਕ ਹੋਰ ਮੈਡੀਕੇਸ਼ਨ ਯੂਜ਼ ਕਰਨੀ ਪਏਗੀ, 2 ਮੈਡੀਕੇਸ਼ਨ ਦਾ ਕੰਬੀਨੇਸ਼ਨ ਬਣਾਉਣਾ ਪਏਗਾ ਟੂ ਹੈਵ ਦਾ ਸੇਮ ਇਫੈਕਟ ਜਿਹੜਾ ਅਸੀਂ ਪਹਿਲੀ ਵਾਰੀ 2 ਮਿਲੀਗ੍ਰਾਮ ਨਾਲ ਬਣਾਇਆ ਸੀਗਾ। ਸੋ ਨਾਓ ਯੂ ਸੀ, ਜਿਹੜੇ ਮੈਡੀਸਨ ਛੱਡਣੀ ਆ ਦੇ ਕੈਨ ਬੀ ਵੈਰੀ ਵੈਰੀ ਫੇਟਲ ਐਂਡ ਡੇਂਜਰਸ। ਮੈਡੀਸਨ ਕੰਟੀਨਿਊਸ ਚੱਲਣੀ ਚਾਹੀਦੀ ਹੈ, ਦੈਟ ਇਜ਼ ਵਾਈ ਵੀ ਗਿਵ ਇੰਜੈਕਸ਼ਨਸ, ਕਿ ਭਈ ਇਹ ਨਾ ਹੋਏ ਕਿ ਪੇਸ਼ੈਂਟ ਕਿਸੇ ਦਿਨ ਨਾ ਖਾਏ, ਕਿਉਂਕਿ ਸਾਡੇ ਪੇਸ਼ੈਂਟਸ ਕੀ ਕਰਦੇ ਆ ਕਿ ਕਈ ਵਾਰੀ ਮੈਡੀਸਨਸ ਦੇ ਨਾਲ ਹੇਰਾਫੇਰੀ ਕਰ ਲੈਂਦੇ ਆ, ਕਿਉਂਕਿ ਉਹਨਾਂ ਨੂੰ ਉਹ ਜਿਹੜੀ ਹੁੰਦੀ ਹੈ ਨਾ ਸਾਈਕੋਟਿਕ ਸਟੇਟ ਚੰਗੀ ਲੱਗਦੀ ਹੈ। ਸਾਈਕੋਟਿਕ ਸਟੇਟ ਦੇ ਵਿੱਚ ਹੁੰਦਾ ਕਿ ਤੁਸੀਂ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਐਂਡ ਤੁਸੀਂ ਇੱਕ ਹਾਈ ਪ੍ਰੋਫਾਈਲ 'ਚ ਰਹਿੰਦੇ ਹੋ, ਤੁਹਾਡੇ ਅੰਦਰ ਹਾਈ ਐਨਰਜੀ ਰਹਿੰਦੀ ਹੈ। ਸਾਡੀਆਂ ਮੈਡੀਕੇਸ਼ਨ ਦੇ ਨਾਲ ਹੈ ਕਿ ਐਨਰਜੀ ਘੱਟ ਜਾਂਦੀ ਹੈ, ਬੰਦਾ ਸੋਬਰ ਲੱਗਣ ਲੱਗ ਪੈਂਦਾ। ਐਂਡ ਕਈ ਵਾਰੀ ਲੋਕ ਡਿਮਾਂਡ ਕਰਦੇ, ਯਾਰ ਤੇਰੇ ਤੂੰ ਮਰਜਾ ਗਿਆ, ਤੈਨੂੰ ਕੀ ਹੋ ਗਿਆ? ਉਹ ਫਿਰ ਪੇਸ਼ੈਂਟ ਕਹਿੰਦਾ ਕਿ ਯਾਰ ਮੈਂ ਤਾਂ ਵੀਕ ਹੋ ਗਿਆ, ਮੇਰੀ ਐਨਰਜੀ ਲਿਆਓ ਪਹਿਲੀ ਵਾਰੀ। ਪਰ ਉਸ ਐਨਰਜੀ ਦੇ ਨਾਲ ਜਿਹੜੀ ਕੋਸਟ ਪੇ ਕਰਨੀ ਪੈਂਦੀ ਹੈ ਉਹ ਪੇਸ਼ੈਂਟ ਨਹੀਂ ਸਮਝਦਾ। ਦੈਟ ਇਜ਼ ਵਾਈ ਫੈਮਲੀਜ਼ ਨੀਡਸ ਟੂ ਬੀ ਐਜੂਕੇਟਡ ਕਿ ਮੈਡੀਕੇਸ਼ਨ ਬਹੁਤ ਇੰਪੋਰਟੈਂਟ ਹੈ। ਇਟ ਇਜ਼ ਐਜ਼ ਇੰਪੋਰਟੈਂਟ ਐਜ਼ ਹਾਰਟ ਮੈਡੀਕੇਸ਼ਨ, ਡਾਇਬਟੀਜ਼ ਦੀ, ਕਿਸੇ ਵੀ ਚੀਜ਼ ਦੀ ਮੈਡੀਕੇਸ਼ਨ, ਜੇ ਤੁਸੀਂ ਥਾਇਰਾਇਡ ਦੀ ਮੈਡੀਕੇਸ਼ਨ, ਯੂਰਿਕ ਐਸਿਡ, ਮਤਲਬ ਤੁਸੀਂ ਕੋਈ ਵੀ ਮੈਡੀਸਨ ਜੇ ਛੱਡੋਗੇ, ਨੈਕਸਟ ਟਾਈਮ ਯੂ ਵਿਲ ਹੈਵ ਟੂ ਟੇਕ ਮੋਰ। ਐਂਡ ਜਿਸ ਤਰ੍ਹਾਂ ਤੁਸੀਂ ਬਲੱਡ ਪ੍ਰੈਸ਼ਰ ਦੀ ਮੈਡੀਸਨ, ਸ਼ੂਗਰ ਦੀ ਮੈਡੀਸਨ ਹੈ, ਉਹਦੇ ਨਾਲ ਜੇ ਤੁਸੀਂ ਆਪਣਾ ਲਾਈਫ ਸਟਾਈਲ ਚੇਂਜ ਕਰ ਲਓਗੇ, ਉਹਦੀ ਜਿਹੜੀ ਡੋਜ਼ ਹੈ ਉਹ ਨਹੀਂ ਵਧੇਗੀ ਜਾਂ ਘਟਣੀ ਸ਼ੁਰੂ ਹੋ ਜਾਏਗੀ, ਜਿੰਨਾ ਜ਼ਿਆਦਾ ਤੁਸੀਂ ਸਿਸਟਮੈਟਾਈਜ਼ ਕਰ ਲਓਗੇ। ਹੁਣ ਇਹਦੇ 'ਚ ਹੈ ਕੀ ਹੈ ਕਿ ਸਾਡਾ ਪ੍ਰੋਗਰਾਮ ਹੈ, ਅਸੀਂ ਡਰੱਗ ਦਿੱਤੀ, ਉਹ ਡਰੱਗ ਦੇ ਨਾਲ ਕੀ ਹੋਇਆ ਕਿ ਸਾਡੇ ਬ੍ਰੇਨ ਨੇ ਕੰਪਲਾਇੰਸ 'ਚ ਆ ਗਿਆ। ਜਦੋਂ ਸਾਡੇ ਪੇਸ਼ੈਂਟ ਆਉਂਦੇ ਨਾ, ਉਹ ਡਿਫਾਈਂਡ 'ਚ ਹੁੰਦੇ ਹੈ, ਉਹ ਹਰ ਗੱਲ ਨੂੰ ਨਾ ਕਰਦੇ ਹੈ। ਸਾਰੇ ਪੇਸ਼ੈਂਟਸ ਦੇਖਿਆ ਹੀ ਹੈ, ਜਦੋਂ ਨਵੇਂ ਆਉਂਦੇ ਦੇ ਆਰ ਡਿਫਾਈਂਟ, ਫਿਰ ਜਦੋਂ ਅਸੀਂ ਉਹਨਾਂ ਨੂੰ ਮੈਡੀਸਨ ਦਿੰਦੇ ਹਾਂ ਫਿਰ ਦੇ ਬਿਕਮ ਕੰਪਲਾਇੰਟ, ਹੌਲੀ ਹੌਲੀ ਕਰਕੇ ਕੰਪਲਾਇੰਸ ਆਉਂਦੀ ਜਾਂਦੀ ਹੈ। ਫਿਰ ਜਦੋਂ ਕੰਪਲਾਇੰਸ ਆ ਜਾਂਦੀ ਹੈ ਨਾ, ਫਿਰ ਅਸੀਂ ਉਹਦੀ ਡੋਜ਼ ਨੂੰ ਮੇਨਟੇਨੈਂਸ ਡੋਜ਼ 'ਚ ਲਿਆਉਂਦੇ ਹਾਂ।
ਪਰ ਹੁਣ ਕੰਪਲਾਇੰਸ ਆ ਕੇ ਜੇ ਆਪਾਂ ਫਾਇਦਾ ਕੋਈ ਨਾ ਲਿਆ ਤਾਂ ਫਿਰ ਫਾਇਦਾ ਕੀ? ਦੇਖੋ ਨਾ, ਤੁਸੀਂ ਮੇਰੀ ਗੱਲ ਪਹਿਲਾਂ ਨਹੀਂ ਮੰਨੀ, ਹੁਣ ਤੁਸੀਂ ਮੇਰੀ ਗੱਲ ਮੰਨਣੀ ਸ਼ੁਰੂ ਕਰ ਦਿਓ, ਅਤੇ ਜੇ ਤੁਸੀਂ ਮੇਰੀ ਗੱਲ ਮੰਨਣੀ ਸ਼ੁਰੂ ਕਰਤੀ ਤਾਂ ਹੁਣ ਮੈਂ ਤੁਹਾਨੂੰ ਸਿਖਾਵਾਂ ਕੁਛ ਨਾ, ਫਿਰ ਉਹਦਾ ਕੀ ਫਾਇਦਾ ਹੋਇਆ ਕਿ ਗੱਲ ਇਹਨੇ ਮੰਨਣੀ ਸ਼ੁਰੂ ਕੀਤੀ? ਸਾਡੀਆਂ ਮੈਡੀਸਨ ਯੂਜ਼ਲੈਸ ਚਲੇ ਗਈਆਂ ਨਾ। ਹੁਣ ਉਹ ਕੀ ਹੋਏਗਾ ਕਿ ਡਿਫਾਈਂਡ ਬਿਹੇਵੀਅਰ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੋਏਗਾ? ਪੇਸ਼ੈਂਟ ਸਾਡੀ ਮੈਡੀਸਨ ਛੱਡੇਗਾ, ਸਭ ਤੋਂ ਪਹਿਲਾਂ ਕੰਮ ਉਹ ਕੱਢੇਗਾ, ਸਾਡੀ ਮੈਡੀਸਨ ਛੱਡੇਗਾ, ਫਿਰ ਉਹ ਡਾਕਟਰ ਨੂੰ ਦੇ ਵਿੱਚ ਨੁਕਸ ਲੱਭੇਗਾ, ਫਿਰ ਉਹ ਸਿਸਟਮ 'ਚ ਨੁਕਸ ਲੱਭੇਗਾ, ਫਿਰ ਉਹ ਹੌਲੀ ਹੌਲੀ ਇਸ ਤਰ੍ਹਾਂ ਦਾ ਕੋਈ ਕੰਮ ਕਰੇਗਾ ਤਾਂ ਕਿ ਉਹ ਮੈਡੀਸਨ ਤੋਂ ਛੁਟਕਾਰਾ ਹੋ ਜਾਵੇ ਅਤੇ ਟ੍ਰੀਟਮੈਂਟ ਤੋਂ ਛੁਟਕਾਰਾ ਹੋ ਜਾਵੇ। ਫਿਰ ਸਾਡੀਆਂ ਪੇਸ਼ੈਂਟ ਮੈਡੀਸਨ ਜਿਹੜੀਆਂ ਨਾ, ਕਈ ਵਾਰੀ ਸਾਡੀਆਂ ਮੈਡੀਸਨ ਸਿੱਧੀਆਂ ਨਹੀਂ ਐਕਟ ਕਰਦੀਆਂ ਬ੍ਰੇਨ 'ਤੇ, ਸਾਡੀਆਂ ਮੈਡੀਸਨਸ ਬਾਇਓ ਪ੍ਰੋਡਕਟ ਕਰਕੇ ਇੱਕ ਹੋਰ ਕੈਮੀਕਲ 'ਚ ਚੇਂਜ ਹੁੰਦੀਆਂ, ਫਿਰ ਇੱਕ ਹੋਰ ਕੈਮੀਕਲ 'ਚ ਚੇਂਜ ਹੁੰਦੀਆਂ, ਫਿਰ ਇਹ ਬ੍ਰੇਨ ਬੈਰੀਅਰ ਨੂੰ ਕ੍ਰੋਸ ਕਰਦੀਆਂ ਅਤੇ ਫਿਰ ਬ੍ਰੇਨ 'ਤੇ ਐਕਟ ਕਰਦੀਆਂ। ਹੁਣ ਜਦੋਂ ਅਸੀਂ ਮੈਡੀਸਨ ਨੂੰ ਬੰਦ ਕਰਾਂਗੇ, ਜਦੋਂ ਅਸੀਂ ਸ਼ੁਰੂ ਕਰਾਂਗੇ, ਦੇ ਵਿਲ ਟੇਕ ਐਟਲੀਸਟ 21 ਡੇਜ਼ ਟੂ ਸਟਾਰਟ ਦੇਅਰ ਇਫੈਕਟ, ਕਿਉਂਕਿ ਇੱਕ ਨੇ ਦੂਜੀ 'ਚ ਮੈਟਾਬੋਲਾਈਜ਼ ਹੋਣਾ, ਦੂਜੀ ਨੇ ਤੀਜੀ 'ਚ, ਫਿਰ ਉਹਨੇ ਬ੍ਰੇਨ ਬੈਰੀਅਰ ਕ੍ਰੋਸ ਕਰਨਾ, ਫਿਰ ਬ੍ਰੇਨ 'ਤੇ ਐਕਟ ਕਰਨਾ। ਹੁਣ ਜਦੋਂ ਅਸੀਂ ਬੰਦ ਕਰਾਂਗੇ ਮੈਡੀਸਨ, ਫਿਰ ਵੀ 21 ਡੇਜ਼ ਟੂ 1 ਮੰਥ ਟੂ 3 ਮੰਥ ਤੱਕ ਪੇਸ਼ੈਂਟ ਨੋਰਮਲ ਲੱਗੇਗਾ, ਬਲਕਿ ਜ਼ਿਆਦਾ ਨੋਰਮਲ ਲੱਗੇਗਾ ਕਿ ਮੈਡੀਸਨ ਬੰਦ ਕੀਤੀ ਡਾਕਟਰ ਸਾਹਿਬ, ਉਸ ਤੋਂ ਬਾਅਦ ਤਾਂ ਜ਼ਿਆਦਾ ਵਧੀਆ ਹੋ ਗਿਆ, ਬਟ ਇਹ ਹੋਏਗਾ ਕਿ 3 ਮੰਥਸ ਬਾਅਦ ਇਹਨਾਂ ਦਾ ਰਿਲੈਪਸ। ਕਿਉਂ? ਕਿਉਂਕਿ 3 ਮੰਥਸ ਤੱਕ ਸਾਡੇ ਮੈਡੀਕੇਸ਼ਨ ਦੀ ਇਫੈਕਟ ਹਾਲੇ ਹੈਗਾ ਸੀਗਾ, ਉਹਦੇ ਅੰਦਰ ਬਾਈ ਪ੍ਰੋਡਕਟ ਸੀਗੀਆਂ। ਤੁਸੀਂ ਦੇਖਿਆ ਹੋਣਾ ਜੇ ਕੋਈ ਸਾਈਡ ਇਫੈਕਟ ਵੀ ਹੋਏ ਹੱਥ ਹੁੱਥ ਕੰਬਣ, ਜੇ ਅਸੀਂ ਪੇਸ਼ੈਂਟ ਦੀ ਮੈਡੀਸਨ ਅੱਜ ਬੰਦ ਕਰਦੇ ਹਾਂ, ਤਾਂ ਇਟ ਟੇਕਸ ਅਬਾਊਟ 7-10 ਡੇਜ਼ ਟੂ 15 ਡੇਜ਼ ਟੂ ਵੀਨ ਆਫ ਦਾ ਇਫੈਕਟ। ਪਰ ਉਹਨਾਂ ਟਾਈਮ 'ਤੇ ਸਾਨੂੰ ਬਰਦਾਸ਼ਤ ਕਰਨਾ ਪਏਗਾ ਕਿ ਜਿੰਨੀ ਦੇਰ ਵਾਸਤੇ ਅਸੀਂ ਮੈਡੀਸਨ ਦਾ ਇਫੈਕਟ ਘਟਾ ਰਹੇ ਹਾਂ। ਡੂ ਯੂ ਅੰਡਰਸਟੈਂਡ? ਜਿਹੜੀ ਲੋਕੀ ਕਹਿੰਦੇ ਆ ਕਿ ਇੱਕ ਹਟਾ ਕੇ ਡਰੱਗ ਲਗਾ ਤੀ, ਡਰੱਗ ਅਸੀਂ ਨਹੀਂ ਲਗਾਈ, ਡਰੱਗ ਗੋਡਸ ਵਿਲ ਹੈ ਕਿ ਇੱਕ ਬਿਮਾਰੀ ਹੋਈ, ਲੱਕੀਲੀ ਵੀ ਹੈਵ ਏ ਡਰੱਗ ਫੋਰ ਦੈਟ ਡਿਜ਼ੀਜ਼। ਦੇਅਰ ਆਰ ਸਰਟਨ ਡਿਜ਼ੀਜ਼ ਜਿਹਦੇ ਵਾਸਤੇ ਟ੍ਰੀਟਮੈਂਟ ਹੀ ਨਹੀਂ ਹੈਗਾ, ਦੇ ਆਰ ਅਨਟ੍ਰੀਟਡ। ਮਤਲਬ ਤੁਸੀਂ ਸਾਡੀਆਂ ਬੁੱਕਸ ਪੜ੍ਹੋ ਨਾ, ਮੈਡੀਕਲ ਬੁੱਕਸ, ਉਹਦੇ ਵਿੱਚ ਲਿਖਿਆ ਹੋਇਆ ਦਿਸ ਡਿਜ਼ੀਜ਼, ਪੈਂਕਰੀਆਟਿਕ ਕੈਂਸਰ ਹੈ, ਸਰਟਨ ਕੈਂਸਰ ਹੈਗੇ ਹੈ, ਉਹਨਾਂ ਦੀ ਤੁਸੀਂ ਕਹਿੰਦੇ ਹੋ ਕਿ ਇਹ 3rd stage, 4th stage ਹੈ, ਦੇ ਆਰ ਅਨਟ੍ਰੀਟੇਬਲ, ਉਹਦੇ ਵਾਸਤੇ ਟ੍ਰੀਟਮੈਂਟ ਨਹੀਂ ਹੈਗਾ। ਸਾਡੀ ਇਸ ਡਿਜ਼ੀਜ਼ ਦੇ ਵਿੱਚ ਲਿਖਿਆ ਹੋਇਆ ਟ੍ਰੀਟਡ ਫੇਟਲ ਇਫ ਅਨਟ੍ਰੀਟਡ। ਦੇਖੋ ਵਰਡ ਇਹੀ ਹੈ ਨਾ, ਫੇਟਲ ਇਫ ਅਨਟ੍ਰੀਟਡ, WHO ਦੀ ਡੈਫੀਨੇਸ਼ਨ ਹੈ। ਇਹਦਾ ਮਤਲਬ ਹੈ ਕਿ ਫਟੈਲਿਟੀ ਡਿਪੈਂਡਸ ਅਪੋਨ ਨੋਨ ਟ੍ਰੀਟਮੈਂਟ, ਇਹਦਾ ਮਤਲਬ ਇਟ ਇਜ਼ ਏ ਟ੍ਰੀਟੇਬਲ ਡਿਜ਼ੀਜ਼। ਸੋ ਟ੍ਰੀਟੇਬਲ ਡਿਜ਼ੀਜ਼ ਨੂੰ ਅਨਟ੍ਰੀਟਡ ਰੱਖਣਾ ਇਜ਼ ਏ ਕ੍ਰਾਈਮ। ਹਾਂ, ਤੁਸੀਂ ਇੱਕ ਪੈਂਕਰੀਆਟਿਕ ਕੈਂਸਰ ਹੈ, ਉਹਦੇ 3 months ਰਹਿ ਗਏ ਆ, ਉਹਨੂੰ ਤੁਸੀਂ ਮੈਡੀਸਨ ਦੇ ਵੀ ਰਹੇ ਹੋ, ਚਲੋ 3 months 20 days ਹੋ ਜਾਣਗੇ, ਵੱਧ ਤੋਂ ਵੱਧ 4 months ਹੋ ਜਾਣਗੇ, ਵੱਧ ਤੋਂ ਵੱਧ 6 months ਹੋ ਜਾਣਗੇ। ਦੇਖਿਆ ਹੀ ਆ ਤੁਸੀਂ ਸੈਲੀਬ੍ਰਿਟੀਜ਼ 'ਤੇ ਕਿੰਨੇ ਅਮੈਰੀਕਾ, ਕੈਨੇਡਾ, ਇੰਗਲੈਂਡ ਸਭ ਜਗ੍ਹਾ ਜਾਂਦੇ ਆ, ਬਟ ਦੇ ਕਾਂਟ। ਡਿਜ਼ੀਜ਼ ਆਰ ਪ੍ਰੈਡਿਕਟੇਬਲ, ਡਿਜ਼ੀਜ਼ ਹੈਵ ਦੇਅਰ ਓਨ ਡਾਇਰੈਕਸ਼ਨ, ਡਿਜ਼ੀਜ਼ ਕਿਸੇ 'ਤੇ ਤਰਸ ਨਹੀਂ ਕਰਦੀਆਂ, ਡਿਜ਼ੀਜ਼ ਕਿਸੇ ਨੂੰ ਲਿਹਾਜ਼ ਨਹੀਂ ਕਰਦੀਆਂ, ਉਹ ਆਪਣੇ ਕੋਰਸ ਦੇ ਹਿਸਾਬ ਨਾਲ ਚੱਲਦੀਆਂ, ਐਂਡ ਹਰ ਇੱਕ ਬੰਦੇ ਦੇ ਵਿੱਚ ਇੰਟੈਂਸਿਟੀ ਆਫ ਡਿਜ਼ੀਜ਼ ਡਿਫਰੈਂਟ ਹੁੰਦੀ ਹੈ। ਸਮ ਆਰ ਮਾਈਲਡ, ਸਮ ਆਰ ਮੋਡਰੇਟ, ਸਮ ਆਰ ਸੀਵੀਅਰ, ਬਟ ਇਹ ਹੈ ਕਿ ਸਾਡੀ ਡਿਜ਼ੀਜ਼ ਦੇ ਵਿੱਚ ਇਟ ਇਜ਼ ਟ੍ਰੀਟੇਬਲ, ਦੈਟਸ ਅ ਗੁੱਡ ਨਿਊਜ਼। ਸਰ, ਇੱਕ ਛੋਟੀ ਜਿਹੀ ਸ਼ੇਅਰਿੰਗ, ਆਈ ਰੇਅਰਲੀ ਗੈਟ ਚਾਂਸ ਟੂ ਸਿਟ ਇਨ ਦਾ ਮੀਟਿੰਗ, ਨਮ੍ਰਤਾ ਮੈਮ ਔਰ ਮਧੂ ਮੈਮ ਸੀ ਇੱਥੇ, ਇਹਨਾਂ ਨੇ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਕੀਤਾ ਸੀ ਡਿਜ਼ੀਜ਼ ਕੋਨਸੈਪਟ ਸਮਝਾਉਣ ਲਈ, ਕਿ ਕੱਲ੍ਹ ਸਵੇਰੇ ਉੱਠ ਕੇ ਤੁਸੀਂ ਲੋਕ ਚਾਹ ਨਹੀਂ ਪੀਓਗੇ ਜੋ ਤੁਸੀਂ ਡੇਲੀ ਪੀਂਦੇ ਹੋ,
ਤੇ ਕਿੰਨੇ ਲੋਕ ਬਿਨਾਂ ਚਾਹ ਪੀਤੇ ਆ ਸਕਣਗੇ ਉਹ ਦੱਸਣਗੇ। ਤਾਂ ਇਹ ਛੋਟਾ ਜਿਹਾ ਐਕਸਪੈਰੀਮੈਂਟ ਇੰਨਾ ਜ਼ਿਆਦਾ ਪਾਵਰਫੁਲ ਸੀ, ਜਿਵੇਂ ਕਹਿੰਦੇ ਨਾ ਦਿਮਾਗ 'ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ। ਆਈ ਵਾਜ਼ ਸੇਇੰਗ ਸੇਮ ਡਾਇਲੋਗਸ ਟੂ ਮਾਈ ਮਾਈਂਡ ਵਾਟ ਮਾਈ ਪੇਸ਼ੈਂਟ ਵਾਜ਼ ਸੇਇੰਗ ਫੋਰ ਅਲਕੋਹਲ। ਅੱਜ ਪੀ ਲੈਂਦੀ ਆ, ਕੱਲ੍ਹ ਤੋਂ ਛੱਡ ਲਵਾਂਗੇ, ਬਿਲਕੁਲ ਅੱਜ ਦੀ ਤਾਂ ਕੱਢ ਲਈਏ, ਫਿਰ ਕੱਲ੍ਹ ਦੀ ਦੇਖਾਂਗੇ, ਕੱਲ੍ਹ ਛੱਡ ਦਾਂਗੇ। ਸੋ ਇਟ ਹੈਜ਼ ਹੈਲਪਡ ਅ ਲੋਟ। ਸੋ ਆਈ ਜਸਟ ਵਾਂਟ ਟੂ ਸੇ ਕੁਡੋਸ ਟੂ ਯੋਰ ਇੰਟਾਇਰ ਟੀਮ, ਯੋਰ ਐਫਰਟਸ, ਐਂਡ ਥੈਂਕਸ ਟੂ ਸਾਇੰਸ ਫੋਰ ਗਿਵਿੰਗ ਅਸ ਦਿਸ ਪ੍ਰੋਗਰਾਮ। ਨਾਲੇ ਸਾਡਾ ਪੇਸ਼ੈਂਟ ਕਹੇਗਾ ਮੈਨੂੰ ਲੱਗੀ ਥੋੜ੍ਹੀ ਹੈ, ਹਾਂਜੀ ਅਸੀਂ ਵੀ ਕਹਾਂਗੇ ਮੈਨੂੰ ਚਾਹ ਲੱਗੀ ਥੋੜ੍ਹੀ ਹੈ, ਮੈਂ ਤਾਂ ਸਵੇਰੇ ਫਰੈਸ਼ਮੈਂਟ ਵਾਸਤੇ ਪੀ ਰਿਹਾ ਅਤੇ ਆਈ ਡਿਜ਼ਰਵ ਇਟ। ਮੈਂ ਤੁਹਾਨੂੰ ਇਹਦੇ 'ਚ ਇੱਕ ਡਿਫਰੈਂਸ ਦੱਸਦਾ। ਵਨ ਆਫ ਮਾਈ ਫਰੈਂਡ, ਅਸੀਂ ਗਏ ਕਿਸੇ ਜਗ੍ਹਾ 'ਤੇ, ਮੈਰਿਜ ਸੀਗੀ, ਉਹ ਮੈਰਿਜ ਪੈਲੇਸ ਨਾ ਕਾਫੀ ਦੂਰ ਸੀਗਾ, ਮਤਲਬ ਇਟ ਵਾਜ਼ ਅਬਾਊਟ 7 ਕਿਲੋਮੀਟਰ ਫਰੋਮ ਦਾ ਹਾਈਵੇ। ਅਸੀਂ ਉੱਥੇ ਗਏ ਅਤੇ ਉੱਥੇ ਜਾ ਕੇ ਉਹ ਕਹਿੰਦਾ ਮੈਂ ਨਾ ਚਾਹ ਪੀਣੀ ਹੈ, ਅਤੇ ਉਹ ਕਹਿੰਦੀ ਚਾਹ ਹੈ ਨਹੀਂ ਸਾਡੇ ਕੋਲ, ਬਾਕੀ ਚੀਜ਼ਾਂ ਮਤਲਬ ਉਹ ਥੋੜ੍ਹਾ ਰਿਮੋਟ ਏਰੀਆ ਸੀਗਾ, ਤੁਸੀਂ ਕੋਲਡ ਡਰਿੰਕ ਲੈ ਲਓ, ਕੋਕਾ ਕੋਲਾ ਲੈ ਲਓ, ਇਹ ਲੈ ਲਓ, ਉਹ ਲੈ ਲਓ, ਚਾਹ ਨਹੀਂ ਹੈਗੀ। ਡਰਿੰਕਸ ਵੀ ਸੀਗੀ ਪਰ ਚਾਹ ਨਹੀਂ ਸੀ ਹੈਗੀ। ਉਹਨੇ ਕੀ ਕੀਤਾ ਕਿ ਇੱਥੇ ਚਾਹ, ਉੱਥੇ ਚਾਹ, 10 ਬੰਦਿਆਂ ਨੂੰ ਪੁੱਛਿਆ, ਹੋਟਲ ਦੇ ਬਾਹਰ ਗਿਆ, ਸਿਕਿਉਰਿਟੀ ਵਾਲਿਆਂ ਨੂੰ ਪੁੱਛਿਆ, ਨਹੀਂ ਕਿਸੇ ਨੇ ਉੱਥੇ ਮਤਲਬ ਨਹੀਂ ਸੀਗਾ ਰਿਵਾਜ਼। ਉਹ ਜੀ 7 ਕਿਲੋਮੀਟਰ ਪੈਦਲ ਗਿਆ, ਜਾ ਕੇ ਜਿੱਥੇ ਉਹਦੇ ਹਾਈਵੇ 'ਤੇ ਕੋਈ ਢਾਬਾ ਦੇਖਿਆ ਸੀਗਾ, ਉੱਥੋਂ ਚਾਹ ਪੀ ਕੇ 7 ਕਿਲੋਮੀਟਰ ਵਾਪਸ ਆਇਆ, ਆਲ ਦਾ ਵੇ ਥਰੂ ਹਿਲਸ। ਇਹ ਕੀ ਹੈ ਫਿਰ, ਇਹ ਐਡਿਕਸ਼ਨ ਹੈ। ਹੁਣ ਚਾਹ ਪੀਣ ਅਤੇ ਚਾਹ ਪੀਣ 'ਚ ਫਰਕ ਹੈਗਾ। ਜਿਹੜੇ ਬੰਦੇ ਨੂੰ ਇੰਨੀ ਜ਼ਬਰਦਸਤ ਤੋੜ ਲੱਗੀ ਹੈ ਕਿ ਉਹ 14 ਕਿਲੋਮੀਟਰ ਪੈਦਲ ਜਾ ਰਿਹਾ, ਉਹ ਵੀ ਉਸ ਇਲਾਕੇ 'ਤੇ ਜਿੱਥੇ ਕਿ ਇਟ ਇਜ਼ ਨੋਟ ਸੇਫ, ਅਤੇ ਕਿਉਂਕਿ ਉਹਨੇ ਢਾਬਾ ਉੱਥੇ ਦੇਖਿਆ ਸੀਗਾ ਕਿ ਮੇਨ ਰੋਡ ਦੇ ਉੱਪਰ ਹੈਗਾ ਜਿੱਥੇ ਚਾਹ ਮਿਲ ਸਕਦੀ ਹੈ, ਉਹਨੂੰ ਉਨੀ ਦੇਰ ਤੱਕ ਚੈਨ ਨਹੀਂ ਆਇਆ, ਲੋਕ ਇੰਜੋਏ ਕਰ ਰਿਹਾ, ਡਾਂਸ ਕਰ ਰਿਹਾ, ਖਾਣਾ ਖਾ ਰਿਹਾ, ਉਹ ਆਪਣਾ ਚਾਹ ਪੀਣ ਵਾਸਤੇ ਲੱਗਾ ਹੋਇਆ।